ਉਸਾ ਦਾ ਇੱਥੇ ਨਾ ਹੋਵੇ ਆਪਾਂ ਇੰਡੀਆ ਦੀ ਗੱਲ ਕਰ ਲੈਨੇ ਉੱਥੇ ਦੋਵੇਂ ਪਾਰਟ ਮਿਲ ਜਾਂਦੇ Ориਜਨਲ ਵੀ ਤੇ ਡੁਪਲੀਕੇਟ ਵੀ ਐਦਾਂ ਅੱਛਾ ਕਈ ਵਾਰੀ ਅੱਛਾ ਮਾਰਕਾ ਵੀ ਦੋਵਾਂ ਤੇ ਬਰਾਬਰ ਲੱਗਾ ਹੈ ਅੱਛਾ ਕਈ ਵਾਰੀ ਡੁਪਲੀਕੇਟ ਚਮਕਦਾ ਬੋਲੋ ਜੀ ਜ਼ਿਆਦਾ ਹੈ ਮੰਨ ਲਓ ਇੱਕ ਬ੍ਰੇਕ ਲਾਈਟ ਦੀ ਕੀਮਤ ਹੈਗੀ ਏ 3000 Ориਜਨਲ ਦੀ ਡੁਪਲੀਕੇਟ ਦੀ ਕੀਮਤ ਹੈਗੀ 1000 ਬੰਦਾ ਸੋਚਦਾ ਚਮਕਤ ਸਗੋਂ ਜ਼ਿਆਦਾ ਹੈ 2000 ਰੁਪਇਆ ਇੱਕ ਲਾਈਟ ਪਿਛੇ ਬਚਣ ਰਿਹਾ ਦੁਕਾਨਦਾਰ ਕਹਿੰਦਾ ਲੈ ਜਾ ਭਾਈ ਉਹਨੇ ਦੇ ਵੇਚਣਾ ਉਨੇ ਵੇਚ ਦਿੱਤਾ ਪਰ ਹੋਇਆ ਕੀ 5 ਮਹੀਨੇ 6 ਮਹੀਨੇ ਪੈਣ ਤੋਂ ਬਾਅਦ ਜਿਹੜਾ ਗੱਡੀ ਦੇ ਨਾਲ ਪਿਛੋਂ ਆਇਆ ਸੀ ਨਾ ਪਾਰਟ ਉਹਦਾ ਕਲਰ ਉਦਾਂ ਹੀ ਹੈ ਅਣਾ 2000 ਬਚਾਉਣ ਦੇ ਮਾਰੇ ਨੇ ਜਿਹੜਾ ਸਸਤਾ ਲਿਆ ਸੀ ਨਾ ਜਿਹਦੀ ਚਮਕ ਜ਼ਿਆਦਾ ਸੀ ਉਹਦਾ ਰੰਗ ਹੌਲੀ-ਹੌਲੀ ਉੱਚੀ ਬੋਲੋ ਜੀ ਉਹਦਾ ਰੰਗ ਹੌਲੀ-ਹੌਲੀ ਤੇ ਫਿਰ ਬੰਦੇ ਨੇ ਮੱਥੇ ਤੇ ਹੱਥ ਮਾਰਿਆ ਵੀ origignal original ਹੁੰਦਾ ਹੈ ਤੇ duplicate ਸੇਮੇ ਦਾਈ ਗੁਰੂ ਪਾਤਸ਼ਾਹ ਨੂੰ ਗੁਰੂ ਦੇ ਨਾਲ ਪੂਰਾ ਲਿਖਣ ਦੀ ਜ਼ਰੂਰਤ ਪਤਾ ਕਿਉਂ ਪਈ ਜਿਵੇਂ ਸਮਾਜ ਵਿੱਚ ਮਾਰਕੀਟ ਵਿੱਚ ਅਰੀਜਨਲ ਵੀ ਹੁੰਦਾ ਹੈ ਤੇ ਡੁਪਲੀਕੇਟ ਵੀ ਹੁੰਦਾ ਹੁਣ ਸੋਨਾ ਹੈ ਸੋਨਾ ਚਮਕ ਘੱਟ ਮਾਰਦਾ ਪਰ ਮਲਮੇ ਦੀ ਝਾਲ ਵਾਲੇ ਗਹਿਣੇ ਚਮਕ ਵੱਧ ਮਾਰਦੇ ਨੇ ਹੁਣ ਕਈਆਂ ਨੂੰ ਤਾਂ ਗਹਿਣਾ ਪਾਉਣ ਦੀ ਆਦਤ ਹੁੰਦੀ ਵੀ ਕੜਾ ਸੋਨੇ ਦਾ ਪਾਇਆ ਮੰਦਰੀ ਪਾਈ ਗਲ ਚ ਹਾਰ ਪਾਇਆ ਬਚ ਲੋ ਜਦ ਕੋ ਹੈਗੇ ਉਹਨੇ ਪਾ ਲਿਆ ਹੁਣ ਕਈ ਕਈਆਂ ਕੋ ਹੁੰਦੇ ਨਹੀਂ ਪਰ ਉਹ ਵੀ ਕਹਿੰਦੇ ਵਿਆਹ ਜਾਣਾ ਯਾਰ ਫਰਸ ਨਹੀਂ ਆਗਾ ਤੇ ਨਕਲੀ ਲਾਇਓ ਹੁਣ ਹੁੰਦਾ ਕੀ ਹੈ ਫਲਾ ਜਿਨ੍ਹਾਂ ਦੇ ਅਸੀਂ ਪੈਸੇ ਦੇਣੇ ਹੁੰਦੇ ਉਹ ਵੀ ਵਿਆਹ ਚ ਆਏ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਬਹਾਨਾ ਮਾਰਿਆ ਹੁੰਦਾ ਸਾਡੇ ਤੇ ਹੱਥ ਥੋੜਾ ਗਿਆ ਬੋਲੋ ਪਿਆਰਿਓ ਹੱਥ ਸਾਡਾ ਥੋੜਾ ਗਿਆ ਫੋਨਾਂ ਵਿਚੇਰ ਨੂੰ ਫਰਕ ਕੋਈ ਨਹੀਂ ਹੁੰਦੀ ਉਹ ਪਤਾ ਮਨ ਚ ਕੀ ਸੋਚਦੇ ਆ ਉਦਾਂ ਆਂਦੇ ਸਾਡੇ ਕੋਲ ਪੈਸਾ ਨਹੀਂ ਸਾਰੇ ਟੱਬਰ ਨੇ ਕਿਲੋ ਸੋਨਾ ਪਾਇਆ ਤੇ ਵਿੱਚੇ ਸੁਨਿਆਰਾ ਵੀਰ ਵੀ ਤੁਰਿਆ ਫਿਰਦਾ ਉਹ ਆਂਦਾ ਚੁੱਪ ਕਰਕੇ ਰੋਟੀ ਖਾ ਲਓ ਇਹ ਸਮਾਨ ਸਾਰਾ 2500 ਦਾ ਐਵੇਂ ਅਫਸੈਟ ਨਾ ਹੋ ਇਹਦੀ ਚਮਕ ਵੇਖੋ ਤੁਸੀਂ ਇਹ ਸੋਨਾ ਨਹੀਂ ਹੈਗਾ 파ਰਖ ਨੂੰ ਪਤਾ ਹੈ ਵੀ 오रिजिनल 오रिजिनल ਜਿਹੜਾ ਹੁੰਦਾ ਉਹਦੀ ਚਮਕ ਘੱਟ ਹੁੰਦੀ ਹੈ ਡੁਪਲੀਕੇਟ ਦੀ ਚਮਕ ਥੋੜੀ ਜੀ ਵੱਧ ਹੁੰਦੀ ਹੈ ਅੱਜ ਸੇਮ ਇਦਾਂ ਹੈ ਗੁਰੂ ਜੀ ਦੇ ਬਰਾਬਰ ਬਹੁਤ ਕੁਝ ਖੜਾ ਕੀਤਾ ਜਾ ਰਿਹਾ ਹੈ ਜਿਹਦੀ ਚਮਕ ਹੁਣ ਤੁਸੀਂ ਸਮਝ ਹੀ ਗਏ ਜੇ ਸਿਆਣੇ ਜੇ ਪੜ੍ਹੇ ਲਿਖੇ ਬੇਟੇ ਸਾਰੀਆਂ ਗੱਲਾਂ ਦੀ ਵਿਆਖਿਆ ਸਾਡੇ ਕੋਲ ਉਹਨਾਂ ਨਾਲ ਕਰਾਇਆ ਕਰੋ ਥੋੜਾ ਬੋਤਾ ਯੋਗਦਾਨ ਤੁਸੀਂ ਵੀ ਪਾਓ ਤੁਸੀਂ ਵੀ ਪਕੌੜੇ ਛਕੇ ਆ ਵੇਸਣ ਵੀ ਖਾਦਾ ਹੋਣਾ ਜਾਣ ਲੱਗਿਆ ਫਿਰ ਸਬਜੀ ਸ਼ਾਈ ਪਨੀਰ ਜੋ ਸਬਜ਼ੀਆਂ ਬਣਦੀਆਂ ਜੋ ਤੇ ਸਿਰ ਚੋਂਦਾ ਬਾਹਰ ਲਿਆਂ ਦੇਸ਼ਾਂ ਦੇ ਐਤਵਾਰ ਦੇ ਲੰਗਰਾਂ ਦੇ ਅੱਗੇ ਸਲੂਟ ਆ ਕਿਹੜੇ ਵਧੀਆ ਪਕਵਾਨ ਬਣਦੇ ਨੇ ਅਸੀਂ ਸ਼ੱਕਦੇ ਹਾਂ ਸਿਕਾਉਂਦੇ ਹਾਂ ਉਥੇ ਹਾਜ਼ਰੀ ਵੀ ਭਰਿਆ ਕਰੋ ਕਿ ਸਾਨੂੰ ਪਤਾ ਲੱਗੇ ਪਾਰਖੂ ਬਣੋ ਤੁਹਾਨੂੰ ਪਤਾ ਲੱਗੇ ਵੀ ਸਹੀ ਕੀ ਹੈ ਤੇ ਗਲਤ ਕੀ ਹੈ ਸਿੱਖ ਦਾ ਅਰਥ ਪਾਰਖੂ ਹੈ ਸਿੱਖ ਨੇ ਆਪਣੀ ਜ਼ਿੰਦਗੀ ਵਿੱਚ ਪਰਖ ਰੱਖਣੀ ਹੈ ਕੀ ਸਹੀ ਹੈ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ ਅਕਲੀ ਬੜ ਕੇ 부ਝੀ ਹੈ ਤੇ ਅਕਲੀ ਕੀਚਾ ਹੈ ਦਾਨ ਅਸੀਂ ਆਪਣੀ ਅਕਲ ਤੋਂ ਕੰਮ ਲੈਣਾ ਹੈ ਸਤਗੁਰੂ ਦੇ ਕੋਲੋਂ ਅਕਲ ਲੈ ਕੇ ਜਾਣਾ ਹੈ ਬੁੱਧ ਲੈਣ ਜਾਣਾ ਸਿਆਣਫ ਲੈਣ ਜਾਣਾ ਸਾਨੂੰ ਪਤਾ ਲੱਗ ਸਕੇ ਤੀਪ ਉਹਦਾ ਰਿਸ਼ਤਾ ਕਰਦੇ ਆ ਜਿੱਥੇ ਅਸੀਂ ਧੀ ਨੂੰ ਲੜ ਲਾਉਣਾ ਹੋਵੇ ਨਾ ਹੁਣ ਤਾਂ ਨਹੀਂ ਹੁਣ ਜ਼ਮਾਨਾ ਥੋੜਾ ਜਿਹਾ ਬਦਲ ਗਿਆ ਬਜ਼ੁਰਗਾਂ ਨੂੰ ਪਤਾ ਹੋਣਾ ਪੁਰਾਣਾ ਸਮਾਂ ਸੀ ਜਦੋਂ ਲਾਗੀ ਤੇ ਆਸ ਰਿਸ਼ਤੇ ਜਾਂਦੇ ਸੀ ਉਸ ਤੋਂ ਬਾਅਦ ਸਮਾਂ ਆਇਆ ਪਰਿਵਾਰ ਰਿਸ਼ਤੇ ਕਰਦੇ ਸੀ ਰਿਸ਼ਤਾ ਕਰਨ ਤੋਂ ਪਹਿਲਾਂ ਤਹਿਕੀਕਾਤ ਕੀਤੀ ਜਾਂਦੀ ਸੀ ਲੜਕੇ ਦਾ ਖਾਨਦਾਨ ਕੀ ਹੈ ਇਹ ਜ਼ਮੀਨ ਕਿੰਨੀ ਆਉਂਦੀ ਹੈ ਪਰਿਵਾਰ ਦੇ ਮੈਂਬਰ ਕਿਦਾਂ ਦੇ ਨੇ ਇਹਨਾਂ ਦਾ ਪਛੋਕੜ ਕੀ ਹੈ ਇਹਨਾਂ ਦਾ ਰਹਿਣ ਸਹਿਣ ਕੀ ਹੈ ਤਾਂ ਕਿ ਅਸੀਂ ਆਪਣੀ ਧੀ ਉਸ ਘਰ ਚ ਦੇਣੀ ਹੈ ਬਹੁਤ ਕੁਝ ਵੇਖਿਆ ਜਾਂਦਾ ਸੀ ਜਿੱਥੇ ਧੀ ਨੂੰ ਲੜ ਲਾਉਣਾ ਇੰਨੀ ਇਨਕੁਆਰੀ ਤੇ ਜਿਹਦੇ ਆਪ ਲੜ ਲੱਗਣਾ ਪੁੱਛੇ ਕੁਝ ਨਹੀਂ ਸਮਝਾਈ ਜੀ ਜਿਹਦੇ ਆਪ ਲੜ ਲੱਗਣਾ ਕਹਿੰਦੇ ਜੀ ਮੈਂ ਤੇ ਗੁਰੂ ਦੇ ਲੜ ਲੱਗਣਾ ਤੇ ਲੜ ਲੱਗਣ ਤੋਂ ਪਹਿਲਾਂ ਵੇਖ ਤੋ ਲੋ ਵੀ ਲੜ ਲੱਗ ਕੇ ਦੇ ਰਹੇ ਆ ਜਿਹਦੇ ਲੜ ਲੱਗਣਾ ਉਹਦੇ ਬਾਰੇ ਪਤਾ ਕਰੋ ਕੀ ਹੈ ਗੁਰੂ ਸਾਹਿਬ ਜੀ ਦਾ ਗਿਆਨ ਉਪਦੇਸ਼ ਵਿਚਾਰ ਇੱਕ ਵਾਰ ਨਾ ਆਪਣੇ ਪ੍ਰਾਨ ਤਿਆਗਣ ਤੋਂ ਪਹਿਲਾਂ ਹਰ ਸਿੱਖ ਨੂੰ ਜਿਹਨੂੰ ਪੜਨਾ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਖੁਦ ਆਪ ਪਾਠ ਜ਼ਰੂਰ ਕਰੇ ਆਪ ਦਾਦਿਆਂ ਪਰਦਾਦਿਆਂ ਦੀ ਪੰਜਾਬ ਇੰਡੀਆ ਹਰਿਆਣਾ ਜਿੱਥੇ ਉਹਦੇ ਵੀ ਆਪਾਂ ਹੈਗੇ ਆਂ ਜ਼ਮੀਨ ਹੋਵੇ ਨਾ ਤੇ ਪੀੜ੍ਹੀ ਇੱਥੇ ਪੈਦਾ ਹੋਈ ਹੋਵੇ ਆਪਾਂ ਫਿਰ ਵੀ ਦੱਸਣ ਦੀ ਕੋਸ਼ਿਸ਼ ਕਰਦੇ ਆਂ ਚੱਕਰ ਮਾਰਾ ਕੇ ਆਉਂਦੇ ਆ ਕਿ ਪੋਤਾ ਆਪਣੀ ਇੱਥੇ ਇੰਨੀ ਜ਼ਮੀਨ ਹੈ ਇੱਥੇ ਆਪਣੇ ਦੋ ਪਲਾਟ ਨੇ ਆ ਚਾਰ ਕਿਲੇ ਆਪਣੀ ਜ਼ਮੀਨ ਹੈ ਜਿਉਂਦੇ ਜੀ ਅਸੀਂ ਆਪਣੇ ਜੁਆਕਾਂ ਨੂੰ ਦੱਸ ਦੇ ਜ਼ਰੂਰ ਆਂ ਆ ਸਾਡੀ ਜਾਇਦਾਦ ਹੈ ਜੇ دنیਵੀ ਜਾਇਦਾਦ ਬਾਰੇ ਅਸੀਂ ਆਪਣੇ ਬੱਚਿਆਂ ਨੂੰ ਦੱਸਦੇ ਆ ਤੇ ਇਹ ਵੀ ਸਾਡਾ ਖਜ਼ਾਨਾ ਸੀ ਪਿਓ ਦਾਦੇ ਕਾ ਪਿਓ ਦਾਦੇ ਕਾ ਸਾਰੇ ਵੱਲੋਂ ਪਿਓ ਦਾਦੇ ਕਾ ਖੋਲ ਕਿੰਨਿਆਂ ਨੇ ਖੋਲਿਆ ਅਸੀਂ ਖੋਲਦੇ ਨਹੀਂ ਖਲਾਉਨੇ ਆ ਰਾਤ ਕਿਹਾ ਸੀ ਨਾ ਅਸੀਂ ਖੋਲਦੇ ਨਹੀਂ ਖਲਾਉਨੇ ਆ ਕਿਨੇ ਤੁਸੀਂ ਖੋਲੋ ਅਸਾ ਬਾਕੀ ਸਾਰਾ ਕੁਝ ਜਾਇਦਾਦ ਆਪਣੇ ਹੱਥ ਰੱਖਦੇ ਆ ਸੋਨਾ ਮੇਰਾ ਧੀਰੇ ਜਵਾਰਾਤ ਮੇਰੇ ਆ ਪੈਸਾ ਮੇਰਾ ਇੱਕ ਖਜ਼ਾਨਾ ਪਿਓ ਦਾਦੇ ਦਾ ਖੋਲ ਡਿਠਾ ਖਜ਼ਾਨਾ ਕਿੰਨਿਆਂ ਨੇ ਇਸ ਪਿਓ ਦਾਦੇ ਦੇ ਖਜ਼ਾਨੇ ਨੂੰ ਖੋਲ ਕੇ ਵੇਖਿਆ ਐਦਾਂ ਰਮਾਲਾ ਚੱਕੇ ਪੜੇ ਥੱਲਿਓ ਵੀ ਇਹ ਤੇ 파ਰਸ਼ਾ ਨਹੀਂ ਐਡਾ ਵੱਡਾ ਖਜ਼ਾਨਾ ਦਿੱਤਾ ਯਾਰ ਮਹਿੰਦਰੋ ਕਿਦਾਂ ਤਗੜੇ ਹੋਣਾ ਹੁਣ ਹਜ਼ੂਰ ਇੱਥੇ ਫਰਮਾਉਂਦੇ ਨੇ ਪੂਰੇ ਗੁਰ ਕੀ ਦੇਖ ਵਡਾਈ ਇਹ ਵਡਿਆਈ ਹੈ ਪੂਰੇ ਗੁਰੂ ਦੀ ਤੋ ਆਪਾਂ ਗੱਲ ਕਰ ਰਹੇ ਸੀ ਧਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਦਸ਼ਾਹ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਜੁਲਾਈ ਮਹੀਨਾ 1652 ਈਸਵੀ ਹੈ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰਿ ਪਾਦਸ਼ਾਹ ਮਹਾਰਾਜ ਜੀ ਦੇ ਕਰਮਾਤਾ ਸੁਲੱਖਣੀ ਜੀ ਦੀ ਕੁਖਤ ਹੁੰਦਾ ਦੁਨੀਆਂ ਦੇ ਵਿੱਚ ਆਪਾਂ ਸਾਰੇ ਜਿੰਨੇ ਤੁਸੀਂ ਪੜੇ ਲਿਖੇ ਬਜ਼ੁਰਗ ਭੈਣਾ ਬੈਠੇ ਹੋ ਫੌਜ ਵਿੱਚ ਭਰਤੀ ਹੋਣਾ ਹੋਵੇ ਤੇ ਉਮਰ ਨਿਸ਼ਚਿਤ ਹੈ ਵੀ ਐਨੀ ਉਮਰ ਤੋਂ ਪਹਿਲਾਂ ਆਰਮੀ ਵਿੱਚ ਬੰਦਾ ਭਰਤੀ ਨਹੀਂ ਹੋ ਸਕਦਾ 18 ਸਾਲ ਤੋਂ ਬਾਅਦ ਇੰਤਜ਼ਾਰ ਕਰਨਾ ਪੈਂਦਾ ਡਰਾਈਵਿੰਗ ਲਾਇਸੈਂਸ ਬਣਨ ਵਾਸਤੇ ਵੀ ਉਮਰ ਇੱਥੇ ਵੀ ਇਦਾਂ ਹੋਣਾ ਵੀ ਉਮਰ ਇੱਕ ਨਿਸ਼ਚਿਤ ਹੈ ਵੀ ਐਨੀ ਉਮਰ ਤੋਂ ਪਹਿਲਾਂ ਬੱਚੇ ਦਾ ਲਾਇਸੈਂਸ ਬੋਲੋ ਜੀ ਨਹੀਂ ਬਣ ਸਕਦਾ ਪਿੰਡ ਦਾ ਪੰਚ ਸਰਪੰਚ ਆਗੂ ਬਣਨ ਵਾਸਤੇ ਵੀ ਇੱਕ ਉਮਰ ਨਿਸ਼ਚਿਤ ਹੈ ਪਰ ਸਿਰ ਧੁਕਦਾ ਹੈ ਇਥੇ 8.5 ਪੌਣੇ 9 ਸਾਲ ਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਚੱਕਦੇ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਦੋਂ ਅਸੀਂ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਆਂ ਬਾਬਾ ਫਤਿਹ ਸਿੰਘ ਬਾਬਾ ਜ਼ੋਰਾਵਾਰ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਅਜੀਤ ਸਿੰਘ 7 ਸਾਲ ਦੀ ਏਜ ਹੈ ਬਾਬਾ ਫਤਿਹ ਸਿੰਘ ਜੀ ਦੀ ਕਿੰਨੀ ਏਜ ਹੈ ਜੀ 7 ਸਾਲ 10 12 ਸਾਲ ਦੇ ਬੱਚੇ ਨੂੰ ਮਾਂ ਆਪਣੇ ਮਹੱਲੇ ਵਿੱਚ ਹੀ ਦੁਕਾਨ ਹੋਵੇ ਨਾ ਬਾਪੂ ਖੇਤਾਂ 'ਚ ਕੰਮ ਕਰਦਾ ਹੋਵੇ 10 12 ਸਾਲ ਦੇ ਬੱਚੇ ਨੂੰ ਚਾਹ ਲੱਸੀ ਦੇ ਕੇ ਨਹੀਂ ਭੇਜਦੀ ਖੇਤਾਂ 'ਚ ਵੀ ਇਹਦੇ ਕੋਲ ਠੇਡਾ ਲਾ ਕੇ ਡੁੱਲ ਜਾਣੀ ਹੈ ਦਰਵਾਜ਼ੇ ਤੇ ਦੁੱਧ ਦੀ ਦੁੱਧ ਪਾਉਣ ਆਇਆ ਹੋਵੇ ਜਿਹੜੇ ਦੁੱਧ ਮੁੱਲ ਲੈਂਦੇ ਨੇ ਪੰਜਾਬ ਇੰਡੀਆ ਤੇ ਮਾਂ 5 7 ਸਾਲ ਦੇ ਬੱਚੇ ਨੂੰ ਡੱਬਾ ਦੇ ਕੇ ਦੁੱਧ ਲੈਣ ਨਹੀਂ ਭੇਜੇਗੀ ਵੀ ਇਹਦੇ ਕੋਲ ਠੇਡਾ ਲਾ ਕੇ ਦੁੱਧ ਡੁੱਲ ਜਾਣਾ ਦੁੱਧ ਅਜੇ 2 4 ਲੀਟਰ ਤੇ 7 ਸਾਲ ਦੇ ਬਾਬਾ ਫਤਿਹ ਸਿੰਘ ਦੇ ਉੱਪਰ ਕਿੱਡੀ ਵੱਡੀ ਜ਼ਿੰਮੇਵਾਰੀ ਆ ਵੀ ਵਜ਼ੀਰ ਖਾਂ ਦੀ ਕਚਹਿਰੀ 'ਚ ਸਵਾਲਾਂ ਦੇ ਜਵਾਬ ਦੇ ਰਹੇ ਨੇ ਕਿੰਨੀ ਤਿਆਰੀ ਹੋਏਗੀ ਕਿੰਨੀ ਨੀਹ ਪੱਕੀ ਹੋਏਗੀ ਅੱਜ ਸਾਡਾ ਬੱਚਾ ਸਾਨੂੰ ਘਰ ਕੋਈ ਸਵਾਲ ਕਰ ਦੇਵੇ ਤੇ ਅਸੀਂ ਇੱਕ ਜਿਹਦੇ ਮੂੰਹ ਹਲ ਵੇਖਣ ਲੱਗ ਪਏ ਨੇ ਵੀ ਇਹਨੇ ਕੀ ਪੁੱਛ ਲਿਆ ਮੈਨੂੰ bizness ਬੱਚੇ ਸਾਡੇ bizness ਪੱਖੋਂ ਸਾਡੇ ਤੋਂ ਵੀ ਤੇਜ਼ ਹੋ ਗਿਆ ਐਡਵਾਂਸ ਮੇਰਾ ਕਿ ਮਿੱਤਰ ਹੈ ਉਹ ਜਲੰਧਰ ਦੀ ਗੱਲ ਦੱਸਦਾ ਸੀ ਕਹਿੰਦਾ ਜਲੰਧਰ ਮੇਰਾ ਇੱਕ ਦੋਸਤ ਉਹਦੀ ਸ਼ੂਹ ਦੀ ਦੁਕਾਨ ਹੈ ਮੋਦੀ ਦੁਕਾਨ ਤੇ ਬੈਠਾ ਕਹਿੰਦਾ ਬਾਪ ਪਾਸੇ ਬੈਠਾ ਮੇਰੇ ਨਾਲ ਚੇਰ ਤੇ ਗੱਲ ਕਰ ਰਿਆ ਸੀ ਤੇ ਪੁੱਤਰ ਕਾਊਂਟਰ ਤੇ ਸੀ ਇੱਕ ਬੰਦਾ ਆਇਆ ਜੁੱਤੀ ਲੈਣ ਵਾਸਤੇ ਜਦੋਂ ਜੁੱਤੀ ਉਹ ਲੈ ਕੇ ਪੈ ਕਰਾ ਲਈ ਇਹਦਾ ਹੱਥ ਮਾਰਨ ਲੱਗ ਪਿਆ ਧਿਆਨ ਨਾਲ ਸੁਣਿਓ ਗੱਲ ਹੁਣ ਹੱਥ ਮਾਰ ਕੇ ਆਂਦਾ ਬੇਟਾ ਸੌਰੀ ਮੇਰਾ ਪਰਸ ਘਰ ਰਹਿ ਗਿਆ ਆ ਜੁੱਤੀ ਪੈ ਕਰ ਦੇ ਮੈਂ ਅੱਧੇ ਘੰਟੇ ਤੈਨੂੰ ਪੈਸੇ ਦੇ ਦੇ ਜਾਨਾ ਉਹ ਬੱਚੇ ਨੇ ਕਿਹਾ ਠੀਕ ਹੈ ਜੀ ਅੰਕਲ ਜੀ ਕੋਈ ਗੱਲ ਨਹੀਂ ਉਹਨੇ ਜੁੱਤੀ ਪੈ ਕਰਕੇ ਫੜਾ ਦਿੱਤੀ ਤੇ ਬਾਪ ਨੇ ਆਪਣੇ ਪੁੱਤਰ ਨੂੰ ਆਵਾਜ਼ ਮਾਰੀ ਕਹਿੰਦਾ ਬੇਟਾ ਇੱਧਰ ਆ ਕਹਿੰਦਾ ਬੇਟਾ ਤੂੰ ਐਸ ਬੰਦੇ ਨੂੰ ਜਾਣਦਾ ਹੈ ਜਿਹਨੂੰ ਤੂੰ ਜੁੱਤੀ ਦਿੱਤੀ ਪਾ ਕੇ ਕਹਿੰਦਾ ਨਹੀਂ ਕਹਿੰਦਾ ਮੈਂ ਜਾਣਦਾ ਬਾਪ ਕਹਿੰਦਾ ਮੈਂ ਜਾਣਦਾ ਕਹਿੰਦਾ ਪੁੱਤਰ ਇਹ ਇੱਕ ਵਾਰ ਆਪਣੀ ਦੁਕਾਨ ਤੇ ਆ ਗਿਆ ਹੁਣ ਇਹਨੇ ਦੁਬਾਰਾ ਆਪਣੀ ਦੁਕਾਨ ਤੇ ਉੱਚੀ ਬੋਲੋ ਜੀ ਕਹਿੰਦਾ ਇਹ ਲੈ ਗਿਆ ਹੁਣ ਨਹੀਂ ਇਹਨੇ ਆਉਣਾ ਤੂੰ ਪੈਸੇ ਨਹੀਂ ਮਿਲਾਏ ਉਦਾਂ ਜੁੱਤੀ ਚੁਕਾਤੀ ਤੈਨੂੰ ਕੋਈ ਪਤਾ ਕਿਹੜਾ ਇਹਦਾ ਐਡਰੈਸ ਹੈ ਕੋਈ ਲਿਖਦਾ ਨਾ ਪਤਾ ਅੱਗੇ ਬੱਚਿਆਂ ਦਾ ਡੈਡੀ ਜੀ ਅੱਧੇ ਪੌਣੇ ਘੰਟੇ ਇਹ ਜਾਂ ਜੁੱਤੀ ਵਾਪਸ ਕਰਕੇ ਜਾਏਗਾ ਜਨ ਪੈਸੇ ਦੇ ਕੇ ਜਾਏਗਾ ਕਹਿੰਦਾ ਉਹ ਕਿਵੇਂ ਕਹਿੰਦਾ ਮੈਂ ਇੱਕੇ ਪੈਰ ਦੇ ਦੋਵੇਂ ਛੱਤਰ ਪਾ ਦਿੱਤੇ ਸਮਝ ਆ ਗਈ ਹੁਣ ਬਾਪ ਨਾਲ ਉਹ ਬੱਚਾ ਐਡਵਾਂਸ ਹੋ ਗਿਆ ਉਹਨੂੰ ਪਤਾ ਲੱਗ ਗਿਆ ਜਿਹਨੂੰ ਹੱਥ ਮਾਰ ਲੱਗ ਪਿਆ ਉਹ ਨਹੀਂ ਦੇਰ ਨੇ ਬੱਚੇ ਨੇ ਇੱਕੇ ਪੈਰ ਦੇ ਦੋਵੇਂ ਛੱਤਰ ਪਾ ਦਿੱਤੇ ਵੀ ਇਹਦੇ ਕਿਸੇ ਕੰਮ ਨਹੀਂ ਆਉਣੇ ਜਾਂ ਵਾਪਸ ਕਰਨਾ ਉਹ ਜਾਂ ਪੈਸੇ ਦੇਣਾ ਉਹ ਜਿਹੜਾ ਲੱਗੇ ਬੈਠਾ ਉਹਨੇ ਉਹ ਬਾਪ ਨੂੰ ਕਿਹਾ ਬੇਟੇ ਨੂੰ ਆਵਾਜ਼ ਮਾਰ ਕਹਿੰਦਾ ਇੱਕ ਗੱਲ ਤਾਂ ਇਹ ਪਤਾ ਲੱਗ ਗਿਆ ਵੀ ਆਉਣ ਵਾਲੀ ਪੀੜ੍ਹੀ ਜਿਸ ਦੀ ਜੇਬ ਚੋਂ ਬਾਪ ਪੈਸੇ ਨਹੀਂ ਕਢਾ ਸਕਿਆ ਉਹ ਪੁੱਤਰ ਨੇ ਉਹਦੀ ਜੇਬ ਚੋਂ ਵੀ ਪੈਸੇ ਕਢਾ ਲੈਣੇ ਆ। ਸਮਝ ਆ ਗਈ? ਪਰ ਅਗਲੀ ਗੱਲ ਜਿਹੜੀ ਉਸ ਦੋਸਤ ਨੇ ਕਹੀ ਕਹਿੰਦਾ ਇਧਰ ਆ ਬੇਟਾ ਚਾਰ ਸਾਹਿਬ ਜਰਦਿਆਂ ਦੇ ਨਾਮ ਸੁਣਾ। ਉਹ ਕਹਿੰਦਾ ਅੰਕਲ ਜੀ ਆਉਂਦੇ ਨਹੀਂ ਮੈਨੂੰ। ਪੰਜ ਪਿਆਰੇ ਆਉਂਦੇ ਨਹੀਂ। 10 ਗੁਰੂ ਸਾਹਿਬਾਨਾਂ ਦੇ ਲੜੀਵਾਰ ਨਾਮ ਮੈਨੂੰ ਨਹੀਂ ਪਤਾ। ਆਂਦਾ ਇੱਥੇ ਅਸੀਂ ਫੇਲ ਹੋ ਗਏ। ਸਾਡੀ ਪੀੜ੍ਹੀ ਨੂੰ ਬਜ਼ੁਰਗਾਂ ਨਾਲੋਂ ਵਧੀਆ ਕਾਰੋਬਾਰ ਤੇ ਬਿਜ਼ਨਸ ਕਰਨੇ ਆ ਗਏ ਪਰ ਅਸੀਂ ਆਪਣੇ ਧਰਮ ਤੇ ਆਪਣੇ ਗੁਰੂ ਦੀ ਵਿਚਾਰ ਦੀ ਮੁੱਢਲੀ ਜਾਣਕਾਰੀ ਆਪਣੇ ਬੱਚਿਆਂ ਨੂੰ ਨਾ ਦੇ ਪਾਏ। ਇੱਥੇ ਅਸੀਂ ਫੇਲ ਹੋ ਗਏ ਉਹਦੇ 'ਚ ਕੋਈ ਸ਼ੱਕ ਨਹੀਂ ਵੀ ਕਾਰੋਬਾਰ ਤੇ ਸਾਡੇ ਬੱਚੇ ਸਾਡੇ ਤੋਂ ਵਧੀਆ ਕਰਨਗੇ ਇਹਦੇ 'ਚ ਕੋਈ ਸ਼ੱਕ ਨਹੀਂ। ਜਿਹੜੇ ਬਜ਼ੁਰਗ ਕੋਲੋਂ ਦੋ ਫਸਲਾਂ ਨਹੀਂ ਸੀ ਨਿਕਲਦੀਆਂ ਪੀੜ੍ਹੀ ਨੇ ਤਿੰਨ-ਤਿੰਨ ਫਸਲਾਂ ਕੱਢ ਲੀਆਂ। ਜਿਹੜੇ ਬਾਪੂ ਕੋਲੋਂ ਕਾਰੋਬਾਰ ਨਹੀਂ ਸੀ ਚੱਲਦਾ ਪੁੱਤਰਾ ਨੇ ਚਲਾ ਲਿਆ। ਪਰ ਜੇ ਕਿਤੇ ਅਸੀਂ ਇਧਰ ਵੀ ਧਿਆਨ ਦੇ ਲਈਏ ਫਿਰ ਤੇ ਸੋਨੇ ਤੇ ਉੱਚੀ ਬੋਲੋ ਨਿਰ ਫਿਰ ਸੋਨੇ ਤੇ ਦੇ ਸੁਹਾਗਾ ਹੋ ਜਾਏ ਫਿਰ ਤੇ ਕਿਆ ਵਾਸਤੇ ਤੇ ਇਦਾਂ ਹੋ ਜਿਵੇਂ ਇੱਕ ਮੁੰਦਰੀ ਵਿੱਚ ਨਗ ਜੜਿਆ ਹੋਇਆ ਹੈ ਤੇ ਕੰਮ ਕੋ ਔਖਾ ਨਹੀਂ 10 15 ਮਿੰਟ ਵੀ ਅਸੀਂ ਵਕਤ ਕੱਢੀਏ ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਦਸ਼ਾਹ ਮਹਾਰਾਜ ਗੁਰੂ ਹਰ ਰਾਇ ਪਾਤਸ਼ਾਹ ਜੀ ਦੇ ਘਰ ਜਨਮ ਲੈਂਦੇ ਨੇ 52 ਵਿੱਚ ਉਹਨਾਂ ਦਾ ਪ੍ਰਕਾਸ਼ ਹੈ ਤੇ 61 ਵਿੱਚ 1661 ਵਿੱਚ ਉਹਨਾਂ ਨੂੰ ਗੁਰਤਾ ਗੱਦੀ ਮਿਲਦੀ ਹੈ ਪੌਣੇ 9 ਸਾਲ ਸਾਢੇ 8 ਸਾਲ ਦੀ ਏਜ ਐ ਜਦੋਂ ਉਹ ਗੁਰਤਾ ਗੱਦੀ ਤੇ ਬੈਠਦੇ ਨੇ 1664 ਵਿੱਚ ਉਹ ਜੋਤੀ ਜੋ ਸਮਾਜ ਜਾਂਦੇ ਨੇ ਜਿਹੜਾ ਗੁਰਦੁਆਰਾਜ ਰਾਜਾ ਜੈ ਸਿੰਘ ਦਾ ਆਪਣਾ ਬਗਲਾ ਸੀ ਉੱਥੇ ਜੋਤੀ ਜੋ ਸਮਾਏ ਜਿੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਹੈ ਚੇਚਕੀ ਬਿਮਾਰੀ ਫੈਲ ਗਈ ਸੀ ਤੁਹ ਇਹ ਗੱਲ ਦਾ ਖਿਆਲ ਰੱਖਣਾ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਦਿੱਲੀ ਨੂੰ ਜਾਂਦੇ ਨੇ ਰਸਤੇ ਦੇ ਵਿੱਚ ਪ੍ਰਖਿਆਵਾਂ ਹੁੰਦੀਆਂ ਨੇ अनेका ਗੁਰੂ ਕੇ ਪਿਆਰੇ ਮਿਲਦੇ ਨੇ ਤੇ ਕੁਰਕਸ਼ੇਤਰ ਦਾ ਇਲਾਕਾ ਉਹ ਸੀ ਜਿੱਥੇ ਕਦੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਵੀ ਵਿਚਾਰ ਗੋਸ਼ਟੀਆਂ ਕੀਤੀਆਂ ਸੀ ਅੰਮ੍ਰਾਲੇ ਦੇ ਲਾਗੇ ਪੰਜੋਖਰਾ ਇਲਾਕਾ ਤੁਹਾਡੇ ਵਿੱਚੋਂ ਕੋਸ ਲਾ ਕੇ ਦਾ ਹੋਏਗਾ ਉਥੋਂ ਦਾ ਪੰਡਤ ਲਾਲ ਚੰਦ ਜਦੋਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਧਰ ਦੀ ਲੰਗ ਰਹੇ ਨੇ ਉਥੇ ਪੜਾਹ ਕੀਤਾ ਪਾਤਸ਼ਾਹ ਜੀ ਨੇ ਪੰਡਤ ਲਾਲ ਚੰਦ ਨੂੰ ਪਤਾ ਲੱਗਾ ਉਹ ਆਇਆ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਪਰ ਮਨ ਵਿੱਚ ਇੱਕ ਸਵਾਲ ਹੈ ਉਹਦੇ ਵੀ ਇੰਨੀ ਛੋਟੀ ਐਜ ਸਾਡੇ ਤੇ ਉਮਰਾਂ ਲੰਘ ਜਾਂਦੀਆਂ ਯਾਰ ਇਹ ਐਡੀ ਛੋਟੀ ਵਿੱਚ ਸਿਆਣਪ ਹੋਏਗੀ ਭਲਾ ਇਹਨਾਂ ਕੋਲ ਪਤਾ ਕਰਾਂ ਉਹ ਆਇਆ ਦਰਬਾਰ ਦੇ ਵਿੱਚ ਕਹਿੰਦਾ ਜੀ ਸਾਡਾ ਤੇ ਭਗਵਾਨ ਕ੍ਰਿਸ਼ਨ ਹੈ ਤੁਹਾਡਾ ਤੇ ਹਾਰ ਕ੍ਰਿਸ਼ਨ ਗੁਰੂ ਹਾਰ ਕ੍ਰਿਸ਼ਨ ਸਾਹਿਬ ਐਡੇ ਵੱਡੇ ਸ਼ਬਦ ਸ਼ੰਕਾ ਸੀ ਮਨ ਵਿੱਚ ਵੀ ਸਾਡੇ ਭਗਵਾਨ ਨੇ ਗੀਤਾ ਦਾ ਉਚਾਰਨ ਕੀਤਾ ਮੈਂ ਇੱਕ ਦੋ ਸ਼ਲੋਕ ਪੁੱਛਾਂਗਾ ਭਲਾ ਉਹਦੇ ਅਰਥ ਹੁੰਦੇ ਨੇ ਐਸ ਘਟਨਾ ਤੋਂ ਇਹ ਪਤਾ ਲੱਗਦਾ ਵੀ ਸਿੱਖ ਦੇ ਦਰਬਾਰ ਗੁਰੂ ਦੇ ਦਰਬਾਰ ਵਿੱਚ ਦੀਗ ਬਣਾਉਣ ਵਾਲਾ ਲੰਗਰ ਵਰਤਾਉਣ ਵਾਲਾ ਲੰਗਰਾਂ ਦੀਆਂ ਸੇਵਾਵਾਂ ਕਰਨ ਵਾਲੇ ਨੂੰ ਵੀ ਗਿਆਨ ਹੈ ਪਰਸਾ ਜੀ ਕਹਿੰਦੇ ਅਸੀਂ ਕਰ ਦੇਵਾਂਗੇ ਤੇ ਫੇਰ ਤੂੰ ਕਹੇਗਾ ਵੀ ਇਹ ਤੇ ਗੁਰੂ ਸੀ ਤੂੰ ਤੇਨੂੰ ਜਿੱਤ ਤੇਨੂੰ ਸ਼ੱਕ ਲੱਗਦਾ ਨਾ ਇਸ ਦਰਬਾਰ ਵਿੱਚ ਸੇਵਾ ਕਰਨ ਵਾਲਾ ਉਹਨੂੰ ਲਿਆ ਭਾਈ ਸੱਜੂ ਨਾਮ ਦਾ ਸਿੱਖ ਹੈ ਜਿਹੜਾ ਲੰਗਰ ਵਿੱਚ ਸੇਵਾ ਕਰ ਰਿਹਾ ਹੈ ਪਾਣੀ ਦੀ ਸੇਵਾ ਕਰ ਰਿਹਾ ਹੈ ਹੁਣ ਇੱਕ ਭਾਈ ਛੱਜੂ ਕੋ ਆਮ ਇਨਸਾਨ ਨਹੀਂ ਹੈਗਾ ਖੇਤਰ ਦੇ ਲਾ ਕੇ ਸਿੱਖੀ ਸੇਵਕੀ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਦੀ ਹੈ ਉਹ ਸਿੱਖੀ ਨਾਲ ਜੁੜਿਆ ਹੋਇਆ ਹੈ ਹੁਣ ਉਹਨੇ ਕਿਹਾ ਤੇ ਪਾਣੀ ਢੋ ਰਿਆ ਇਹਨੂੰ ਕੀ ਪਤਾ ਹੋਣਾ ਇਹਨੂੰ ਪੁੱਛਾਂਗਾ ਨਾਲੇ ਤੋਹੀਨ ਹੋ ਜਾਏਗੀ ਨਾਲੇ ਮਹਾਰਾਜ ਨੇ ਕਿਹਾ ਹੈ ਹੁਣ ਭਾਈ ਛੱਜੂ ਹੁਣ ਆਪ ਜੀ ਦਾ ਧਿਆਨ ਰੱਖਣਾ ਭਾਈ ਜਿਹੜਾ ਛੱਜੂ ਹੈ ਬ੍ਰਾਹਮਣ ਦੇ ਮੁਤਾਬਕ ਸ਼ੂਦਰ ਨਾਂ ਪੜ ਸਕਦਾ ਹੈ ਤੇ ਨਾ ਸ਼ੂਦਰ ਸੁਣ ਸਕਦਾ ਤੇ ਅੰਨਾ ਸੁਣਿਓ ਜਿਹੜਾ ਛੂਦਰ ਛੂਦਰ ਬੰਦਾ ਹੈ ਨਾ ਉਹਨੂੰ ਧਾਰਮਿਕ ਗ੍ਰੰਥ ਪੜ੍ਹਦੀ ਆ ਗਿਆ ਹੀ ਨਹੀਂ ਜਦੋਂ ਆ ਗਿਆ ਨਹੀਂ ਤੇ ਸਮਝ ਲਓ ਉਹਦੀ ਜੁਬਾਨ ਹੈ ਨਹੀਂ ਤੇ ਉਹਨੂੰ ਸੁਣਦੀ ਵੀ ਆ ਗਿਆ ਨਹੀਂ ਤੇ ਸਮਝ ਲਓ ਬਹਿਰਾ ਹੈ ਬ੍ਰਾਹਮਣ ਦੇ ਗ੍ਰੰਥਾਂ ਮੁਤਾਬਕ ਤੇੜਾ ਛੂਦਰ ਬੰਦਾ ਹੈ ਨਾ ਉਹਨੂੰ ਸੁਣਦੀ ਆ ਗਿਆ ਬੋਲੋ ਜੀ ਤੇ ਨਾ ਉਹਨੂੰ ਪੜ੍ਹਨ ਦੀ ਆ ਗਿਆ ਉਹਨੇ ਕਿਹਾ ਵੀ ਇਹ ਤੇ ਹੈ ਦਲਤ ਬੰਦਾ ਇਹਨੂੰ ਤੇ ਕਦੀ ਧਾਰਮਿਕ ਗ੍ਰੰਥਾਂ ਦਾ ਪਤਾ ਵੀ ਨਹੀਂ ਹੋਣਾ ਇਹ ਤੇ ਵੇਖੀ ਜਾਇਓ ਤੁਸੀਂ ਪਰ ਉਹ ਨੂੰ ਇਹ ਨਹੀਂ ਪਤਾ ਵੀ ਇੱਥੇ ਹਰ ਇੱਕ ਵਿਅਕਤੀ ਜਿਹੜਾ ਗੁਰੂ ਘਰ ਦੇ ਵਿੱਚ ਜੁੜਿਆ ਹੋਇਆ ਇੱਥੇ ਤੇ ਰਾਣਾ ਰੰਕ ਬਰਾਬਰੀ ਆ ਪੈਰੀ ਪਵਣਾ ਜਗ ਵਰਤਾਇਆ ਇੱਥੇ ਹਰ ਇੱਕ ਨੂੰ ਵਿਦਿਆ ਦਾ ਅਧਿਕਾਰ ਹੈ ਹਰ ਬੰਦਾ ਬਾਣੀ ਪੜ ਸਕਦਾ ਹੈ ਹਰ ਬੰਦਾ ਵਿਦਿਆ ਜਹੂਦੀਆਂ ਨੂੰ ਚੈਂਬਰਾਂ ਚ ਪਾ ਪਾ ਕੇ ਹਿਟਲਰ ਨੇ ਸਾੜਿਆ ਜਿਹੜੇ ਬੱਚੇ ਉਹਨਾਂ ਆਖਿਆ ਕੀ ਕਰੀਏ ਉਹਨੇ ਆਖਿਆ ਐਜੂਕੇਸ਼ਨ ਦਿਓ ਆਪਣੇ ਬੱਚਿਆਂ ਨੂੰ ਪੜੇ ਲਿਖੇ ਅੱਜ ਪੂਰੀ ਦੁਨੀਆ ਨੂੰ ਅਗਲੇ ਉਹ ਚਲਾ ਰਹੇ ਨੇ ਐਜੂਕੇਸ਼ਨ ਬੜੀ ਵੱਡੀ ਚੀਜ਼ ਹੈ ਗੁਰੂ ਨਾਨਕ ਸਾਹਿਬ ਨੇ ਨਵਜ ਪਛਾਣੀ ਸੀ ਜਦ ਦਿਨ ਸ਼ੇਰ ਸ਼ਾਹ ਸੂਰੀ ਕੋਲੋਂ ਹਾਰ ਖਾ ਕੇ ਹਮਾਈਉਂ ਵਾਪਸ ਜਾ ਰਿਹਾ ਸੀ ਤੇ ਖਡੂਰ ਸਾਹਿਬ ਦੀ ਧਰਤੀ ਤੇ ਰੁਕਿਆ ਤੇ ਉਸ ਵਕਤ ਧੰਨ ਗੁਰੂ ਅੰਗਦ ਸਾਹਿਬ ਜੀ ਕੀ ਕਰ ਰਹਾ ਸੀ ਜਿਨਾਂ ਨੂੰ ਹਿਸਟਰੀ ਆਉਂਦੀ ਹੋਵੇਗੀ ਪਤਾ ਹੋਏਗਾ ਉਸ ਵਕਤ ਧੰਨ ਗੁਰੂ ਅੰਗਦ ਸਾਹਿਬ ਛੋਟੇ ਛੋਟੇ ਬੱਚਿਆਂ ਦੀ ਕਲਾਸ ਲਾ ਕੇ ਬੈਠੇ ਸਨ ਪਾਸ਼ਾ ਨੂੰ ਪਤਾ ਸੀ ਕਿ ਮੈਂ ਛੋਟੇ ਛੋਟੇ ਬੱਚਿਆਂ ਨੂੰ ਜਦੋਂ ਗਿਆਨ ਦੇਵਾਂਗਾ ਇਹ ਅਸਰ ਪਿਆ ਕਿ ਛੋਟੇ ਛੋਟੇ ਬੱਚਿਆਂ ਨੂੰ ਤਾਲੀਮ ਦਿੱਤੀ ਤੇ ਭਾਈ ਜੇਠਾ ਜੀ ਭਰੇ ਦਰਬਾਰ ਵਿੱਚ ਅਕਬਰ ਦੇ ਦਰਬਾਰ ਵਿੱਚ ਜਾ ਕੇ ਸਵਾਲਾਂ ਦੇ ਜਵਾਬ ਦੇ ਰਹੇ ਨੇ ਇਹਦਾ ਮਤਲਬ ਨੀਕ ਦੀ ਪੱਕੀ ਕੀਤੀ ਹੋਏਗੀ ਇਥੋਂ ਪਤਾ ਲੱਗਦਾ ਵਿਚਾਰ ਗੋਸ਼ਟੀਆਂ ਘਰ ਵਿੱਚ ਪਤਾ ਸੀ ਅੱਜ ਸਾਡਾ ਇਸ ਬਾਰੇ ਧਿਆਨ ਹੈ ਨਹੀਂ ਜਦੋਂ ਪਾਲਸ਼ਾ ਨੇ ਆ ਕੇ ਹਾਂ ਭਾਈ ਪੜ ਕੀਤਾ 10 ਲੋਕ ਭਾਈ ਛੱਜੂ ਉਹਦੇ ਅਰਥ ਕਰ ਰਹੇ ਨੇ ਤੇ ਪੰਡਤ ਲਾਲ ਚੰਦ ਖੁਦ ਹੈਰਾਨ ਹੋ ਕੇ ਖੜਾ ਹੋ ਕੇ ਪਤਾ ਕਿ ਇਹਦਾ ਪਾਲਸ਼ਾ ਸ਼ਾਇਦ ਇਹ ਸ਼ਲੋਕ ਦੇ ਇਹਦੇ ਤੋਂ ਵੱਧਿਆ ਅਰਥ ਮੇਰੇ ਕੋਲੋਂ ਵੀ ਨਹੀਂ ਸੀ ਉਹਨੇ ਹੁਣ ਮੇਰੀ ਇੱਕ ਮੰਗ ਹੈ ਤੁਹਾਡੇ ਚਰਨਾਂ 'ਚ ਮੈਨੂੰ ਵੀ ਸਿੱਖੀ ਦੀ ਦਾਤ ਬਖਸ਼ਿਸ਼ ਕਰੋ ਪੰਡਤ ਲਾਲ ਚੰਦ ਪੰਡਤ ਲਾਲ ਚੰਦ ਨਾ ਰਿਆ ਉਹ ਸਿੱਖੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਇਆ ਤੇ ਇਹਨਾਂ ਘਟਨਾਵਾਂ ਤੋਂ ਇਹ ਪਤਾ ਲੱਗਦਾ ਕਿ ਗੁਰੂ ਪਾਤਸ਼ਾਹ ਜੀ ਨੇ ਹਰ ਇੱਕ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਸੀ ਹਰ ਬੰਦਾ ਬਾਣੀ ਪੜ ਸਕਦਾ ਹਰ ਬੰਦਾ ਬਾਣੀ ਗਾ ਸਕਦਾ ਹਰ ਬੰਦਾ ਗੁਰੂ ਦੀ ਸੰਗਤ ਵਿੱਚ ਆਣ ਕੇ ਵਿਚਾਰ ਸੁਣ ਸਕਦਾ ਹੈ ਐਡਾ ਅਮੀਰ ਵਿਰਸਾ ਸਾਡੇ ਕੋਲ ਲੋਕਾਂ ਨੇ ਲੋਹੇ ਨੂੰ ਪਾਲਿਸ਼ ਮਾਰ ਮਾਰ ਕੇ ਸੋਨਾ ਬਣਾ ਬਣਾ ਕੇ ਵੇਚ ਦਿੱਤਾ ਸਾਡੇ ਕੋਲ ਤਾਂ ਹੈਗੇ ਹੀਰੇ ਜਵਾਰਾਤ ਸਨ ਆਈਂਦਾ ਆਪ ਪੜਿਆ ਨਾ ਆਪ ਸਮਝਿਆ ਨਾ ਦੂਜਿਆਂ ਨੂੰ ਦੱਸਣ ਜੋਗੇ ਹੋਏ ਅਸੀਂ ਤੇ ਸੱਚ ਜਾਣੇ ਹੋ ਇੱਥੇ ਆਣ ਕੇ ਅਸੀਂ ਫੇਲ ਹੋਏ ਆ ਇਹ ਹਰ ਇੱਕ ਦੀ ਜ਼ਿੰਮੇਵਾਰੀ ਬਣਦੀ ਸੀ ਹਰ ਇੱਕ ਸਿੱਖ ਪਰਿਵਾਰ ਦੀ ਕਿ ਅਸੀਂ ਆਪ ਇਤਿਹਾਸ ਪੜਦੇ ਬਾਣੀ ਪੜਦੇ ਸਾਨੂੰ ਪਤਾ ਲੱਗਦਾ ਇੱਥੇ ਉਮਰ ਦਾ ਕੋਈ ਤਕਾਜ਼ਾ ਨਹੀਂ ਇੱਥੇ ਛੋਟੀ ਉਮਰ ਦੇ ਵਿੱਚ ਵੀ ਪਾਸ਼ਾ ਜੀ ਨੇ ਲੀਆਂ ਪਕਾ ਕੇ ਰੱਖ ਦਿੱਤੀਆਂ ਵੜੇ-ਵੜੇ ਰਾਜਿਆਂ ਨੂੰ ਨੇਰ ਉੱਤਰ ਕਰਕੇ ਵਿਖਾ ਦਿੱਤਾ ਪਰ ਅਸੀਂ ਇਸ ਬੰਨੇ ਕਦੀ ਧਿਆਨ ਦੇਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਹੈਲਥ ਤੇ ਜੱਡਾ ਵੱਡਾ ਕੰਮ ਪਾਤਸ਼ਾਹ ਦੇ ਘਰ ਨੇ ਕੀਤਾ ਕੌਣ ਮੁਕਾਬਲਾ ਕਰੇਗਾ ਸ਼ਾਹਜਹਾਨ ਦਾ ਬੇਟਾ ਦਾਰਾ ਸ਼ਕੋ ਉਹਨੂੰ ਸ਼ੇਰ ਦੀ ਮੋਛ ਦਾ ਵਾਲ ਖਵਾਤਾ ਦੁਸ਼ਮਣਾਂ ਨੇ ਹੁਣ ਦੇਸ਼ ਦਾ ਬਾਦਸ਼ਾਹ ਹੋਏਗਾ ਤੇ ਸੋਚੋ ਉਹਦੇ ਘਰ ਵਿੱਚ ਵੈਦ ਹਕੀਮ ਕਿੱਦਾਂ ਦੇ ਹੋਣਗੇ ਵੱਡੇ-ਵੱਡੇ ਵੈਦ ਹਕੀਮ ਉਹਦੇ ਘਰ ਵਿੱਚ ਬੈਠੇ ਹੋਣਗੇ ਮੰਨ ਲਓ ਇੱਕ ਦੇਸ਼ ਦਾ ਪੀਐਮ ਹੋਵੇ ਵਡੇ-ਵਡੇ ਡਾਕਟਰ ਤਾਂ ਆਪਣੇ ਆਪ ਹੀ ਉਹਦੇ ਘਰ ਪਹੁੰਚ ਜਾਣਗੇ ਵੀ ਆਪਣੇ ਧਨ ਭਾਗ ਸਮਝਣਗੇ ਵੀ ਸਾਨੂੰ ਕਿਸੇ ਪੀਐਮ ਦੇ ਪਰਿਵਾਰ ਦਾ ਇਲਾਜ ਕਰਨ ਦਾ ਮੌਕਾ ਮਿਲਿਆ। ਦੇਸ਼ ਦਾ ਬਾਦਸ਼ਾਹ ਹੋਵੇ ਕਿੰਨੇ ਉਹਦੇ ਕੋਲ ਵੈਦ ਹਕੀਮ ਹੋਣਗੇ ਪਰ ਸਭ ਨੇ ਹੱਥ ਖੜੇ ਕਰ ਤੇ ਬਾਦਸ਼ਾਹ ਸਾਡੇ ਕੋਲ ਤੁਹਾਡੇ ਪੁੱਤਰ ਦਾ ਇਲਾਜ ਹੈ ਨਹੀਂ ਕਹਿੰਦਾ ਕੋਈ ਵੀ ਹੋਏਗਾ ਕਹਿੰਦੇ ਜੋ ਸਮਾਨ ਚਾਹੀਦਾ ਤੁਹਾਡੇ ਬੱਚੇ ਵਾਸਤੇ ਉਹ ਇੱਕੋ ਐਸ ਦੇਸ਼ ਵਿੱਚ ਵੈਦਖਾਨਾ ਹੈ। ਉਹ ਕਿੱਥੇ ਹੈ? ਉਹ ਹੈ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰਿ ਰਾਏ ਪਾਸ਼ਾ ਦਾ ਵੈਦਖਾਨਾ। ਸ਼ਾਹਜਹਾਨ ਆਪਣਾ ਇੱਕ ਵਫ਼ਦ ਭੇਜਦਾ ਹੈ ਆਪਣੇ ਬੇਟੇ ਵਾਸਤੇ ਗੁਰੂ ਹਰਿ ਰਾਏ ਪਾਸ਼ਾ ਆਪਣੇ ਵੈਦਾਂ ਨੂੰ ਬੁਲਾਉਂਦੇ ਨੇ ਤੇ ਉਹਨਾਂ ਨੂੰ ਕਹਿੰਦੇ ਨੇ ਜੋ ਇਹਨਾਂ ਨੂੰ ਚਾਹੀਦਾ ਇਹਨਾਂ ਨੂੰ ਦਿਓ ਜਿਦਨਦਾਰਾ ਸ਼ਕੋ ਠੀਕ ਹੋਇਆ ਉਹ ਗੁਰੂ ਹਰਿ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆਣ ਕੇ ਨਮਸਕਾਰ ਕਰਨ ਲਈ ਪਹੁੰਚੇ ਆੜੇ ਗੁਰਦੁਆਰਿਆਂ ਨਾਲ ਨਿੱਕੇ ਨਿੱਕੇ ਡਿਸਪੈਂਸਰੀਆਂ ਨਿੱਕੇ ਨਿੱਕੇ ਹਸਪੀਟਲ ਦਿਖਾਈ ਦਿੰਦੇ ਨੇ ਇਹਦੀ ਸ਼ੁਰੂਆਤ ਕਦੀ ਗੁਰੂ ਨਾਨਕ ਦੇਵ ਜੀ ਕਰਨੇ ਕੀਤੀ ਸੀ ਜੇ ਕੋ ਤੰਦਰੁਸਤ ਰੋਗੀ ਆਇਆ ਉਹਦਾ ਇਲਾਜ ਵੈਦ ਹਕੀਮ ਡਾਕਟਰ ਕਰੇਗਾ ਜੇ ਕੋ ਮੰਦਾਰ ਰੋਗੀ ਆਇਆ ਉਹਦਾ ਇਲਾਜ ਗੁਰੂ ਦੇ ਸ਼ਬਦ ਨਾਲ ਕੀਤਾ ਜਾਏਗਾ ਜੇ ਕਿਤੇ ਪਿੰਡਾਂ ਸ਼ਹਿਰਾਂ ਵਿੱਚ ਗੁਰਦੁਆਰਿਆਂ ਦੇ ਨਾਲ ਇੱਕ ਡਾਕਟਰ 2 ਘੰਟੇ 1 ਘੰਟਾ ਬੈਠ ਜਾਏ ਜਿਹੜੇ ਨਿੱਕੇ ਨਿੱਕੇ ਬੁਖਾਰ ਵਿਗੜਦੇ ਨੇ ਬਿਮਾਰੀਆਂ ਨਿੱਕੇ ਨਿੱਕੀਆਂ ਸਾਨੂੰ ਕਈ ਵਾਰੀ ਘੇਰ ਲੈਂਦੀਆਂ ਨੇ ਇਲਾਜ ਹੋਰ ਨਹੀਂ ਪਉਂਦਾ ਮੁੜ ਕੇ ਵੱਡੇ ਸ਼ਹਿਰਾਂ ਵਿੱਚ ਜਾ ਕੇ ਲੱਖਾਂ ਰੁਪਈਆ ਲਾ ਕੇ ਵੀ ਮਰੀਜ਼ ਨਹੀਂ ਭਜਦਾ ਇਹ ਐ ਅਸਲੀ ਲੰਗਰ ਦਾ ਸਿਧਾਂਤ ਜਿਹੜਾ ਅਸਲੀ ਲੰਗਰ ਆ ਹੈ ਲੰਗਰ ਤੋਂ ਮਨਾ ਨਹੀਂ ਕਿਸੇ ਨੇ ਕਿਹਾ ਲੰਗਰ ਵਰਤਾਈਏ ਲੰਗਰ ਤੇ ਚਾਹੀਦਾ ਹੈ ਅਮਰੀਕਾ ਵਰਗੀਆਂ ਕੰਟਰੀਆਂ 'ਚ ਓਬਾਮਾ ਜਦੋਂ ਸੀ ਵੱਡੇ ਵੱਡੇ ਜਿਹੜੇ ਟਰੰਪ ਵਰਗਿਆਂ ਨੇ ਬਿਆਨ ਦਿੱਤੇ ਸਟੇਟਮੈਂਟਾਂ ਦਿੱਤੀਆਂ ਕਿ ਇਹ ਗੁਰਨਾਨ ਦੇ ਘਰ ਹੈ ਜਿੱਥੇ ਜਿੱਥੇ ਲੋਕਾਂ ਦੇ ਦੁਆਰੇ ਨਿਕਲ ਗਏ ਤੇ ਗੁਰਨਾਨ ਦੇ ਘਰ ਨੇ ਦੂਜਿਆਂ ਨੂੰ ਵੀ ਜਾ ਕੇ ਲੰਗਰ ਛਕਾਇਆ ਹੈ ਇਹ ਅਸਲੀ ਲੰਗਰ ਦੀ ਮਾਨਤਾ ਪਰ ਕਈ ਵਾਰੀ ਅਸੀਂ ੱੱੱਕੇ ਨਾਲ ਬੰਨ ਕੇ ਜਿਵੇਂ ਆਪਣੇ ਪੰਜਾਬ ਪਿੰਡਾਂ ਵਿੱਚ ਹੁੰਦਾ ਨਾ ਟਾਲੀ ਦਾ ਰਸਾ ਵੱਧਾ ਹੁੰਦਾ ਰੋਡ ਤੇ ਡਰਮ ਰੱਖੇ ਹੁੰਦੇ ਨੇ ਤੇ ੱੱੱਕੇ ਨਾਲ ਕਿਹਾ ਜਾਂਦਾ ਖਾਓ ਜੀ ਆਉਂਦਾ ਜੀ ਆਪ ਬਸ 2 ਕਿਲੋਮੀਟਰ ਪਿੱਛੇ ਛੱਕ ਕੇ ਆਇਆ ਖਾ ਲੋ ਜੀ ਆ ਚੂਰਨ ਦੀ ਗੋਲੀ ਵੀ ਹੈਗੀ ਨਾਲ ਭੁੱਖ ਲੱਗ ਜਾਣੀ ਹੈ ਇਹ ਲੰਗਰ ਦਾ ਸਿਧਾਂਤ ਨਹੀਂ ਵੀ ਤੁਸੀਂ ਖਾਦੇ ਨੂੰ ਖਵਾਓ ਲੰਗਰ ਚਾਹੀਦਾ ਸੀ ਜਿਹਨੂੰ ਭੁੱਖ ਹੋਏਗੀ ਖੁਦ ਪਹੁੰਚੇਗਾ ਹੁਣ ਤੁਸੀਂ ਘਰ ਚ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਜਿਹਨੂੰ ਭੁੱਖ ਹੁੰਦੀ ਹੈ ਆਪਣੇ ਆਪ ਮੰਗਦਾ ਨਹੀਂ ਤੇ ਕਹਿ ਦਿੰਦਾ ਵੀ ਮਾਂ ਮੈਂ ਨਹੀਂ ਖਾਣਾ ਮੈਂ ਠੀਕ ਨਹੀਂ ਆ ਮੈਨੂੰ ਭੁੱਖ ਨਹੀਂ ਹੈ ਮੈਂ ਖਾ ਆਵਾ ਲੰਗਰ ਦੀ ਮਨਾ ਲੰਗਰ ਦੀ ਮਹਾਨਤਾ ਨੂੰ ਅਸੀਂ ਘਟਾ ਰਹੇ ਆ ਅਸਲੀ ਲੰਗਰ ਦੀ ਮਹਾਨਤਾ ਸੀ ਕਿ ਆਪਣੇ ਪਿੰਡ ਵਿੱਚ ਆਪਣੇ ਇਲਾਕੇ ਚ ਕਿੰਨੇ ਬੱਚੇ ਨੇ ਜਿਹੜੇ ਪੜ੍ਹਨਾ ਚਾਹੁੰਦੇ ਨੇ ਪਰ ਬਾਪ ਉਹਨੂੰ ਪੈਨ ਨਹੀਂ ਲੈ ਕੇ ਦੇ ਸਕਦਾ ਕਿੰਨਿਆ ਧੀਆਂ ਨੇ ਜਿਹੜੀਆਂ ਸਕੂਲ ਜਾਣਾ ਚਾਹੁੰਦੀਆਂ ਨੇ ਬਾਪ ਉਹਨੂੰ ਕਾਪੀ ਪੈਨਸਲ ਨਹੀਂ ਲੈ ਕੇ ਦੇ ਸਕਦਾ ਕਾਸ਼ ਕਿਤੇ ਅਸੀਂ ਇਹ ਲੰਗਰ ਦਾ ਤਰੀਕਾ ਸਮਝ ਸਕੀਏ ਮਨੋਰ ਸਿੰਘ ਮਾਰਕੋ ਦੀਆਂ ਕਿਤਾਬਾਂ ਨੇ ਚਿੱਠੀਆਂ ਲਿਖ ਸਤ ਗੁਰੂਵਾਲ ਪਾਈਆਂ ਤੁਹਾਡੇ ਵਿੱਚੋਂ ਸ਼ਾਇਦ ਕਿਸੇ ਨੇ ਪੜੀਆਂ ਹੋਣ ਮਨੋਰ ਸਿੰਘ ਮਾਰਕੋ ਦੀਆਂ ਉਹਦੇ ਵਿੱਚ ਉਹਨਾਂ ਨੇ ਇੱਕ ਘਟਨਾ ਲਿਖੀ ਹੈ ਇਹਦੀ ਅਰਦਾਸ ਕੀ ਹੈ ਮਤਲਬ ਕੀ ਹੈ ਇੱਕ ਬੱਚਾ ਦਿਨ ਵੇਲੇ ਗੁਰਦੁਆਰੇ ਆਉਂਦਾ ਹੈ ਉਹ ਆਪਣੀ ਮਾਂ ਨੂੰ ਕਹਿੰਦਾ ਉਹਨੂੰ ਸਕੂਲ ਦੇ ਵਿੱਚੋਂ ਕੱਢ ਦਿੱਤਾ ਗਿਆ ਕਿਉਂ ਉਹਦੇ ਕੋਲ ਵਰਦੀ ਨਹੀਂ ਐ ਸਕੂਲ ਦੀ ਉਹਨੇ ਆਪਣੀ ਮਾਂ ਨੂੰ ਆਖਿਆ ਮਾਂ ਜੀ ਮੈਨੂੰ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਮੇਰੇ ਕੋਲ ਵਰਦੀ ਐ ਨਹੀਂ ਮੇਰੇ ਕੋਲ ਸਕੂਲ ਦੀ ਫੀਸ ਐ ਨਹੀਂ ਮਾਂ ਨੇ ਆਖਿਆ ਪੁੱਤ ਜਿੰਨਾ ਮੈਂ ਤੈਨੂੰ ਪੜ੍ਹਾ ਸਕਦੀ ਸੀ ਪੜ੍ਹਾ ਦਿੱਤਾ ਹੁਣ ਮੇਰੇ ਹੱਥ ਖੜੇ ਨੇ ਮੈਂ ਅੱਗੇ ਤੇਰੀ ਪੜ੍ਹਾਈ ਦਾ ਬੋਝ ਨਹੀਂ ਚੱਕ ਸਕਦੀ ਮੈਂ ਤਾਂ ਮਸਾ ਰੋਟੀ ਪਾਣ ਦਾ ਪ੍ਰਬੰਧ ਕਰ ਸਕਦੀ ਹਾਂ ਪਰ ਬੱਚੇ ਨੂੰ ਕਿਤੇ ਮਾਂ ਨੇ ਆਖਿਆ ਸੀ ਗੁਰੂ ਕੋਲੋਂ ਜੋ ਮੰਗੀਏ ਬੋਲੋ ਜੀ ਉਹ ਮਿਲ ਜਾਂਦਾ ਹੁਣ ਬੱਚੇ ਦੇ ਅੰਦਰ ਉਹ ਗੱਲ ਕਰ ਕਰ ਗਏ ਮਨੋਰ ਸਿੰਘ ਮਾਰਕੋ ਜੀ ਨੇ ਗੱਲ ਲਿਖੀ ਕਹਿੰਦੇ ਉਹ ਬੱਚਾ ਦਿਨ ਦਾ ਟਾਈਮ ਹੈ ਗੁਰਦੁਆਰੇ ਗਿਆ ਗੁਰਦੁਆਰੇ ਤੇ ਭਾਈ ਸਾਹਿਬ ਪਾਸੇ ਬੈਠੇ ਕਿਤੇ ਵੇਖ ਰਿਆ ਸਨ ਗੁਰਦੁਆਰੇ ਬੱਚਾ ਆਇਆ ਉਹਨੇ ਦ ਹੱਥ ਜੋੜੇ ਅਰਦਾਸ ਕੀਤੀ ਹੱਥ ਵਿੱਚ ਉਹਦੇ ਇੱਕ ਚਿੱਠੀ ਹੈ ਜਿਹਦੇ ਵਿੱਚ ਉਹਨੇ ਕੁਝ ਪੰਕਤੀਆਂ ਲਿਖੀਆਂ ਨੇ ਕਿ ਬਾਬਾ ਜੀ ਮੈਂ ਸੁਣਿਆ ਜੋ ਤੁਹਾਡੇ ਕੋਲੋਂ ਮੰਗੀ ਉਹ ਮਿਲ ਜਾਂਦਾ ਹੈ ਬਾਬਾ ਜੀ ਮੈਂ ਸੁਣਿਆ ਜੋ ਤੁਹਾਡੇ ਕੋਲੋਂ ਮੰਗੀ ਏ ਉਹ ਮਿਲ ਜਾਂਦਾ ਹੈ ਮੇਰੀ ਕੋ ਵੱਡੀ ਲੰਬੀ ਚੌੜੀ ਲਿਸਟ ਨਹੀਂ ਮੈਨੂੰ ਸਕੂਲ ਦੀ ਵਰਦੀ ਤੇ ਥੋੜੀ ਜੀ ਫੀਸ ਚਾਹੀਦੀ ਏ ਮੇਰਾ ਪ੍ਰਬੰਧ ਕਰ ਦਿਓ ਉਹ ਆਇਆ ਪ੍ਰਕਰਮਾ ਕੀਤੀਆਂ ਮਹਾਰਾਜ ਦੇ ਪੀੜੇ ਥੱਲੇ ਰੱਖ ਗਿਆ ਭਾਈ ਸਾਹਿਬ ਵੇਖ ਰਿਆ ਸਨ ਕਿਤੇ ਉਹ ਬੱਚਾ ਚਲਾ ਗਿਆ ਭਾਈ ਸਾਹਿਬ ਨੂੰ ਚਿੱਠੀ ਕੱਢੀ ਸੱਜ ਜਾਣੇ ਉਹ ਭਾਈ ਸਾਹਿਬ ਵੀ ਪ੍ਰਭਾਵਿਤ ਹੋ ਗਏ ਯਾਰ ਕਿੰਨਾ ਬੱਚਾ ਅੰਦਰੋਂ ਭੇਜ ਕੇ ਗੁਰੂ ਅੱਗੇ ਅਰਦਾਸ ਕਰਕੇ ਗਿਆ ਉਹਨੇ ਨਾਲ ਹੀ ਕਮੇਟੀ ਨਾਲ ਸਲਾਹ ਕੀਤੀ ਕਿ ਮੈਨੂੰ ਇੱਕ ਮੈਂ ਦਿਨ ਵੇਲੇ ਇੱਕ ਬੱਚਾ ਵੇਖਿਆ ਉਹਦੇ ਅਣ ਕੇ ਉਹਨੇ ਅਰਦਾਸ ਕੀਤੀ ਹੱਥ ਵਿੱਚ ਉਹਦੇ ਇੱਕ ਚਿੱਠੀ ਸੀ ਉਹ ਅਣ ਕੇ ਪੀੜੇ ਥੱਲੇ ਰੱਖ ਗਿਆ ਕਹਿੰਦੇ ਪਤਾ ਕਰੋ ਇਹ ਕਿਹੜੇ ਇਲਾਕੇ ਦਾ ਬੱਚਾ ਹੈ ਕਿਹੜੇ ਪਰਿਵਾਰ ਦਾ ਬੱਚਾ ਹੈ ਉਸ ਮਾਂ ਕੋਲ ਗਏ ਉਹਨੂੰ ਕਿਹਾ ਮਾਤਾ ਜੀ ਅਸੀਂ ਇਸ ਬੱਚੇ ਦੀ ਪੜ੍ਹਾਈ ਦਾ ਪ੍ਰਬੰਧ ਕਰਾਂਗੇ ਪਰ ਬੱਚੇ ਨੂੰ ਦੱਸਣਾ ਨਹੀਂ ਇਹ ਪ੍ਰਬੰਧ ਅਸੀਂ ਕੀਤਾ ਉਹਨੂੰ ਇੰਝ ਲੱਗੇ ਮੇਰੀ ਮਦਦ ਗੁਰੂ ਨੇ ਕੀਤੀ ਹੈ ਇਹ ਵੱਡਾ ਹੋ ਕੇ ਅਫਸਰ ਬਣੇ ਉੱਚੇ ਅਹੁਦੇ ਤੇ ਜਾਵੇ ਉਹਨੂੰ ਲੱਗੇ ਗੁਰੂ ਐਦਾਂ ਮਦਦ ਕਰਦਾ ਹੈ ਰੱਬ ਕਹਿੰਦੇ ਰੱਬ ਆਣ ਕੇ ਮੇਰੀ ਮਦਦ ਕਰ ਗਿਆ ਰੱਬ ਰਿੰਝਾ ਕਿੱਥੇ ਰੱਬ ਤਾਂ ਸਵੇ ਘਟ ਬੋਲੋ ਸਵੇ ਘਟ RAM ਬੋਲੇ RAMA ਬੋਲੇ RAM ਬਿਨਾਂ ਕੋ ਬੋਲਰ ਹੈ ਜਦੋਂ ਪਰਮੇਸ਼ਰ ਮਦਦ ਕਰਦਾ ਤੇ ਪਰਮੇਸ਼ਰ ਦਾ ਕੋਈ ਇੱਕ ਰੂਪ ਨਹੀਂ ਜਿਵੇਂ ਮੱਝ ਗਾਂ ਦੇ ਥੱਲਿਓਂ ਕੱਲਾ ਦੁੱਧ ਚੋਇਆ ਜਾਂਦਾ ਹੈ ਪਰ ਜਦੋਂ ਉਹ ਦੁੱਧ ਡੇਰੀ ਤੇ ਜਾਂਦਾ ਹੈ ਉਹਦੇ ਰੂਪ ਕਿੰਨੇ ਬਣਦੇ ਨੇ ਉਹਦੇ ਵਿੱਚੋਂ ਪਨੀਰ ਨਿਕਲਦਾ ਹੈ ਉਹਦੇ ਵਿੱਚੋਂ ਖੋਆ ਨਿਕਲਦਾ ਹੈ ਉਹਦੇ ਵਿੱਚੋਂ ਮੱਖਣ ਨਿਕਲਦਾ ਹੈ ਉਹਦਾ ਹੀ ਘਿਓ ਬਣਦਾ ਹੈ ਉਹਦੀ ਕਰੀਮ ਬਣਦੀ ਹੈ ਇੱਕੇ ਦੁੱਧ ਦੇ ਕਿੰਨੇ ਰੂਪ ਨੇ ਮੱਝ ਗਾਂ ਦੇ ਥੱਲਿਓਂ ਨਾ ਖੋਆ ਚੋਇਆ ਸੀ ਨਾ ਬਟਰ ਨਾ ਘਿਓ ਉਹ ਤੋਂ ਸਿਰਫ ਦੁੱਧ ਕੱਢਿਆ ਸੀ ਦੁੱਧ ਦੇ ਅੱਗੇ ਰੂਪ ਬਣ ਕੇ ਪਰਮੇਸ਼ਰ ਇੱਕ ਹੈ ਉਹਦੇ ਰੂਪ ਅਲੱਗ-ਅਲੱਗ ਦੇ ਉਹ ਪਿਤਾ ਦੇ ਰੂਪ 'ਚ ਵੀ ਹੈ ਉਹ ਮਾਂ ਦੇ ਰੂਪ 'ਚ ਵੀ ਹੈ ਉਹ ਧੀ ਦੇ ਰੂਪ 'ਚ ਵੀ ਹੈ ਉਹ ਤਾਏ ਚਾਚੇ ਕਿਸੇ ਦੇ ਰੂਪ 'ਚ ਵੀ ਆ ਸਕਦਾ ਹੈ ਜਦੋਂ ਹੈ ਸਭੇ ਘਟ ਰਾਮ ਬੋਲੇ ਹੈ ਤੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਰੇ ਤੇ ਬੜੇ ਪਿਆਰ ਨਾਲ ਹੁਣ ਇਹ ਸਿੱਖਿਆ ਦੇਣ ਦਾ ਮਤਲਬ ਇਹ ਸੀ ਕਿ ਕਈ ਵਾਰੀ ਪਤਾ ਨਹੀਂ ਕਿੱਥੇ ਸਾਡੇ ਕੋਲੋਂ ਕੋ ਬੰਦਾ ਮਦਦ ਮੰਗਦਾ ਤੇ ਅਸੀਂ ਉਥੇ ਨਾ ਕਰ ਬੈਠਦੇ ਆ ਤੇ ਜਿਹਨੂੰ ਸੱਚੀ ਲੋੜ ਨਹੀਂ ਹੁੰਦੀ ਉਸੇ ਧੱਕੇ ਨਾਲ ਅਸੀਂ ਛਕਾਉਣ ਦੀ ਬੋਲੋ ਜੀ ਜਿਹਨੂੰ ਨਹੀਂ ਜ਼ਰੂਰਤ ਉਹਨੂੰ ਧੱਕੇ ਨਾਲ ਖਵਾਉਨੇ ਆ ਤੇ ਜਿਹਨੂੰ ਜ਼ਰੂਰਤ ਹੁੰਦੀ ਹੈ ਉਥੇ ਕਈ ਵਾਰੀ ਅਸੀਂ ਪਾਸਾ ਵਟ ਜਿੱਦਨ ਸਾਨੂੰ ਅਸਲੀ ਲੰਗਰ ਦੇ ਸਿਧਾਂਤ ਦੀ ਸਮਝ ਲੱਗ ਗਈ ਉਹ ਦਿਨ ਅਸੀਂ ਬਨੰਦੀਆਂ ਨੂੰ ਹੱਥ ਲਾਵਾਂਗੇ ਬਸ ਥੋੜਾ ਜਿਹਾ ਇਧਰ ਧਿਆਨ ਦੇਣ ਦੀ ਜ਼ਰੂਰਤ ਹੈ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਤੋਂ ਇੱਕ ਗੱਲ ਤਾਂ ਪੱਕੀ ਸਿੱਧ ਹੋ ਗਈ ਵੀ ਇੱਥੇ ਉਮਰ ਦਾ ਤਕਾਜ਼ਾ ਨਹੀਂ ਇਥੇ ਛੋਟੀ ਉਮਰ ਦੇ ਵਿੱਚ ਵੀ ਸਿਆਣਫ ਆ ਸਕਦੀ ਹੈ ਕਿਸੇ ਦੇ ਘਰ ਤੁਸੀਂ ਆਪਣੇ ਪਰਿਵਾਰਾਂ 'ਚ ਹੀ ਅੰਦਾਜ਼ਾ ਲਾ ਕੇ ਵੇਖ ਲਓ ਕਈ ਵਾਰੀ ਘਰਾਂ ਵਿੱਚ ਦਾਦਾ ਨਸ਼ਾ ਪੀਂਦਾ ਹੈ ਪਰ ਪੋਤਰਾ ਨਹੀਂ ਪੀਂਦਾ ਉਹਨੂੰ ਕਿਸੇ ਨੇ ਕਿਹਾ ਵੀ ਨਹੀਂ ਨਸ਼ਾ ਨਾ ਪੀ। ਉਹਨੇ ਵੇਖ ਲਿਆ ਵੀ ਨਸ਼ੇ ਵਿੱਚ ਕੋਈ ਫਾਇਦਾ ਨਹੀਂ ਬੱਚਾ ਜਿੰਮ ਜਾਂਦਾ ਹੈ ਐਕਸਰਸਾਈਜ਼ ਕਰਦਾ ਹੈ ਪਿਤਾ ਡ੍ਰਿੰਕ ਕਰਦਾ ਹੈ ਬਾਪ ਨਹੀਂ ਗਾੜੀ ਬੱਚਾ ਨਹੀਂ ਪੀਂਦਾ ਇਹ ਪਤਾ ਨਹੀਂ ਕਿੱਥੇ ਕਿਹੜੇ ਵੇਲੇ ਕਿਹੜੇ ਸਮੇਂ ਕਿਸੇ ਇਨਸਾਨ ਦੇ ਅੰਦਰ ਇਹ ਚਿੰਗ ਲੱਗ ਜਾਣੀ ਹੈ ਤੇ ਉਹਨੇ ਸਿੱਧੇ ਰਸਤੇ ਤੇ ਪੈ ਜਾਣਾ ਹੈ ਹਰ ਦਿਨ ਸਾਡੇ ਵਾਸਤੇ ਸਿੱਖਣ ਵਾਸਤੇ ਬਣਿਆ ਪਰ ਅਸੀਂ ਪਤਾ ਕੀ ਕਰਦੇ ਆਂ ਕਈ ਵਾਰੀ ਨਾ ਸਾਡਿਆਂ ਪਰਿਵਾਰਾਂ ਚ ਕੋਈ ਬਹੁਤ ਸਿਆਣੀ ਗੱਲ ਕਰ ਦੇਵੇ ਤੇ ਸਾਨੂੰ ਪਤਾ ਵੀ ਹੁੰਦਾ ਵੀ ਇਹਨੇ ਗੱਲ ਸਿਆਣੀ ਕੀਤੀ ਹੈ ਪਰ ਸਾਡੇ ਕੋਲ ਚੁੱਪ ਕਰਾਉਣ ਲਈ ਅਖੀਰ ਤੇ ਕੀ ਰਹਿ ਜਾਂਦਾ ਭਲਾ ਕਾਕਾ ਮੈਂ ਤੇਰਾ ਪਿਓ ਆਂ ਤੂੰ ਵੱਡਾ કે ਮੈਂ ਵੱਡਾ ਬਸ ਆਹ ਲਫ਼ਜ਼ ਸਾਡੇ ਕੋਲ ਹੀਲਾ ਰਹਿ ਜਾਂਦਾ ਬੱਚਾਂ ਦਾ ਹਾਂਜੀ ਹੈਗੇ ਤੇ ਤੁਸੀਂ ਵੱਡੇ ਹੋ ਪਰ ਗੱਲ ਅਸਲ ਚ ਇਹ ਆ ਵੀ ਸਿਆਣਪ ਦਾ ਸਬੰਧ ਵੱਡੀ ਉਮਰ ਦੇ ਨਾਲ ਨਹੀਂ ਹੈਗਾ ਕਿਸੇ ਘਰ ਹੁਣ ਜਦੋਂ ਬਾਣੀ ਚ ਇੱਕ ਬਣਿਆਗਾ 70 ਕਮਾ 3 ਇਹ ਸਾਰਿਆਂ ਤੇ ਗੱਲ ਨਹੀਂ ਢੁਕਦੀ ਇੱਕ ਬੰਨੇ ਬਾਬਾ ਬੁੱਢਾ ਜੀ ਵਰਗੀ ਸਖਸ਼ੀਅਤ ਭਾਈ ਮਨੀ ਸਿੰਘ 90 ਸਾਲ ਦੀ ਏਜ ਹੈ ਇਤਿਹਾਸ ਵਿੱਚ ਇਦਾਂ ਦੀਆਂ ਮਸਾਲਾਂ ਵੀ ਮਿਲਦੀਆਂ ਨੇ ਦੂਜੇ ਬੰਨੇ ਗੁਰਮਖ ਬੁੱਢੇ ਕਦੇ ਨਾ ਹੀ ਜਨੇ ਅੰਤਰ ਸੂਰਤ ਗਿਆਨ ਜੇ ਬੰਦੇ ਦੀ ਸੁਰਤ ਸੱਚ ਨਾਲ ਜੁੜੀ ਹੈ ਤੇ ਅਸੀਂ 90 ਸਾਲ ਤੱਕ ਵੀ ਉਹ ਮੱਤ ਤੋਂ ਹਿਣਾ ਨਹੀਂ ਇਹੋ ਜਿਹੇ ਵੀ ਪਰਿਵਾਰ ਸਮਾਜ ਹੈਗੇ ਨੇ ਜਿੱਥੇ ਪੋਤਰੇ ਜੇ ਦਾਦੇ ਨੂੰ ਪੁੱਛ ਕੇ ਤੁਰਦੇ ਨੇ ਇਹੋ ਜਿਹੇ ਵੀ ਪਰਿਵਾਰ ਹੈਗੇ ਨੇ ਜਿੱਥੇ ਵੱਡਿਆਂ ਦੇ ਨਾਲ ਸਲਾਹ ਕਰਕੇ ਬੱਚੇ ਤੁਰਦੇ ਨੇ ਤੇ ਇਹੋ ਜਿਹੇ ਵੀ ਪਰਿਵਾਰ ਹੈਗੇ ਨੇ ਜਿੱਥੇ ਬੱਚੇ ਪਿਓ ਨੂੰ ਵੀ ਨਹੀਂ ਪੁੱਛਦੇ ਦੂਜੀ ਪੀੜੀ ਤੀਜੀ ਪੀੜੀ ਤੇ ਗੱਲ ਬਹੁਤ ਦੂਰ ਦੀ ਰਹੀ ਉੱਥੇ ਬੱਚੇ ਸਾਡੀ ਸਭ ਤੋਂ ਵੱਡੀ ਜਾਇਦਾਦ ਹੈ ਕਿਸੀ ਪਰਿਵਾਰ ਵਿੱਚ ਬੈਠਣਾ ਸਿੱਖੀਏ ਸੰਸਕਾਰ ਸਿੱਖੀਏ ਸਾਨੂੰ ਸਮਝ ਲੱਗ ਸਕੇ ਇਹ ਗੁਰੂ ਦੀ ਸਭ ਤੋਂ ਵੱਡੀ ਵਿਢਾਈ ਹੈ ਤੋ ਹਜ਼ੂਰ ਇੱਥੇ ਫਰਮਾਉਂਦੇ ਨੇ ਪੂਰੇ ਗੁਰ ਕੀ ਦੇਖ ਵਿਢਾਈ ਪੂਰੇ ਗੁਰੂ ਦੀ ਸਭ ਤੋਂ ਵੱਡੀ ਵਿਢਾਈ ਹੈ ਤਾਂ ਕਿ ਕੀਮਤ ਕਹਿ ਨਾ ਜਾਈ ਮਾਲਕ ਦੀ ਇਹ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ ਹੁਣ ਕੱਲੀ ਕੱਲੀ ਗੱਲ ਨੂੰ ਧਿਆਨ ਨਾਲ ਸੁਣਿਓ ਵੀ ਪੂਰੇ ਗੁਰੂ ਦੀ ਵਿਢਾਈ ਕੀ ਆ ਪੂਰਾ ਗੁਰੂ ਕਰਦਾ ਕੀ ਹੈ ਹਜ਼ੂਰ ਫਰਮਾਉਂਦੇ ਨੇ ਮਿਰਤਕ ਕਉ ਪਾਇਓ ਤਨ ਸਾਸਾ ਬਿਸ਼ਰਤਿਆਂ ਨਾਲ ਮਿਲਾਇਆ ਹੁਣ ਜੇ ਤੁਸੀਂ ਇਹਦੇ ਅਰਥ ਨਾ ਪੜੋ ਤੇ ਕੀ ਸਮਝ ਆਉਂਦੀ ਹੈ ਵੀ ਮਿਰਤਕ ਕੋ ਪਾਇਓ ਤਨ ਸਾਸਾ ਜਿਹੜਾ ਮੁਰਦਾ ਹੈ ਗੁਰੂ ਉਹਦੇ ਵਿੱਚ ਸਵਾਸ ਪਾ ਦਿੰਦਾ ਹੈ ਉਹਨੂੰ ਜਿਉਂਦਾ ਕਰ ਦਿੰਦਾ ਹੈ ਇਹਦਾ ਮਤਲਬ ਕੀ ਹੈ ਜਿਹੜਾ ਬੰਦਾ ਆਤਮਿਕ ਤੌਰ ਤੇ ਮਰ ਚੁੱਕਾ ਹੈ ਜਿਹੜਾ ਬੰਦਾ ਆਤਮਿਕ ਤੌਰ ਤੇ ਬੋਲੋ ਜੀ ਮਰ ਚੁੱਕਾ ਹੈ ਜਿਵੇਂ ਆਪਾਂ ਰੋਜ਼ ਪੜਦੇ ਆਖਾਂ ਜੀਵਾ ਸਾਰੇ ਬੋਲੋ ਆਖਾਂ ਵਿਸਰੈ ਜਦੋਂ ਮੈਂ ਪਰਮੇਸ਼ਰ ਨੂੰ ਭੁੱਲ ਜਾਣਾ ਤੇ ਮੈਂ ਆਤਮਿਕ ਤੌਰ ਤੇ ਮਰ ਜਾਣਾ ਮੇਰੀ ਫਿਜ਼ੀਕਲ ਤੌਰ ਤੇ ਮੌਤ ਨਹੀਂ ਹੁੰਦੀ ਅੰਦਰੂਨੀ ਤੌਰ ਤੇ ਮੌਤ ਹੋ ਜਾਂਦੀ ਹੈ ਆਖਾਂ ਜੀਵਾਂ ਵਿਸਰੈ ਮਰ ਜਾऊं ਜਬਜੀ ਸਾਹਿਬ ਦਾ ਪਾਠ ਆਪ ਰੋਜ਼ਾਨਾ ਕਰਦੇ ਆ ਜਦੋਂ ਅਸੀਂ ਪੌੜੀ ਪੜ੍ਹਦੇ ਆ ਭਗਤ ਗਿਆਨ ਦਇਆ ਪੰਡਾਰਨ ਘਟ ਘਟ ਵਜੈ ਸਾਰੇ ਬੋਲੋ ਘਟ ਘਟ ਵਜੈ ਆਪਨਾਥ 나ਥੀ ਸਭ ਜਾਣ ਕੀ ਰਦ ਸਿੱਧ ਅਵਰਾ ਸਾਧ ਅਗਲੀ ਪਕਤੀ ਪੜਿਓ ਸੰਜੋਗ ਵਿਜੋਗ ਦੋਏ ਆ ਜਿਹੜੇ ਦੋ ਸ਼ਬਦ ਆ ਨਾ ਸੰਜੋਗ ਤੇ ਵਿਜੋਗ ਪੂਰੀ ਦੁਨੀਆ ਇਹਨਾਂ ਦੋ ਸ਼ਬਦਾਂ ਤੇ ਟਿਕੀ ਹੋਈ ਹੈ ਧਿਆਨ ਨਾਲ ਸੁਣਿਓ ਹੁਣ ਕਿਵੇਂ ਟਿਕੀ ਹੋਈ ਹੈ ਸੰਜੋਗ ਦਾ ਅਰਥ ਹੁੰਦਾ ਹੈ ਮਿਲਣਾ ਤੇ ਵਿਜੋਗ ਦਾ ਅਰਥ ਹੁੰਦਾ ਹੈ ਵਿਛੜਨਾ ਮੰਨ ਲਓ ਇੱਕ 에ਰਪੋਰਟ ਹੈ 에ਰਪੋਰਟ ਦੇ ਉੱਤੇ ਸੰਜੋਗ ਵੀ ਹੋ ਰਿਹਾ ਤੇ ਵਿਜੋਗ ਵੀ ਹੋ ਰਿਹਾ ਕਈ ਲੈਣ ਗਏ ਨੇ ਉਹ ਵਡੀਗ ਰਹੇ ਨੇ ਪਾਪਾ ਜੀ ਆ ਰਹੇ ਨੇ ਬੀਬੀ ਜੀ ਆ ਰਹੇ ਨੇ ਪਤੀ ਆ ਰਿਹਾ ਹੈ ਭੈਣ ਆ ਰਹੀ ਹੈ ਭਰਾ ਆ ਰਿਹਾ ਉਹ ਖੁਸ਼ੀ ਹੈ ਖੁਸ਼ ਹੈ ਤੇ ਕੁਝ ਚੜਾਉਣ ਜਾ ਰਹੇ ਨੇ ਉੱਥੇ ਵਿਜੋਗ ਵੀ ਹੋ ਰਿਹਾ ਹੈ ਇੱਕ ਇੱਕ 에어ਪੋਰਟ ਤੇ ਵਿਜੋਗ ਵੀ ਹੋ ਰਿਹਾ ਹੈ ਵਿਛੜ ਵੀ ਰਿਹਾ ਕਿਸੇ ਨਾਲੋਂ ਤੇ ਕਿਸੇ ਨੂੰ ਕੋਈ ਮਿਲ ਵੀ ਰਿਹਾ ਹੈ ਪੁੱਤਰ ਧੀ ਦਾ ਆਨੰਦ ਕਾਰਜ ਹੈ ਇੱਕ ਬੰਨੇ ਮਾਂ ਨੂੰ ਰਾਤ ਨੀਂਦ ਨਹੀਂ ਆਈ ਉਹਨੇ ਧੀ ਤੋਰੀ ਹੈ ਇਧਰੋਂ ਵਿਜੋਗ ਹੋ ਰਿਹਾ ਹੈ ਦੂਜੇ ਬੰਨੇ ਅਗਲੇ ਭੰਗੜੇ ਪਾ ਲੈਣੇ ਸਾਡੇ ਘਰ ਇੱਕ ਜੀ ਨਵਾਂ ਆਇਆ ਸੰਜੋਗ ਵੀ ਤੇ ਵਿਜੋਗ ਦੋਵੇਂ ਥਾਂ ਤੇ ਦੋਵੇਂ ਵਾਪਰ ਰਹੇ ਨੇ ਹੁਣ ਇਹਨੂੰ ਐਦਾਂ ਸਮਝੋ ਇੱਕ ਬੰਦਾ ਗੁਰੂ ਵਾਲੇ ਬੰਨੇ ਆ ਗਿਆ ਇੱਧਰ ਸੰਜੋਗ ਹੋ ਗਿਆ ਬੁਰਾਈ ਨਾਲ ਉਹ ਵਿਜੋਗ ਹੋ ਗਿਆ ਇੱਕ ਬੰਦਾ ਬੁਰਿਆਂ ਕਮਾਂਜ ਫਸ ਗਿਆ ਉਹਦਾ ਉਧਰ ਸੰਜੋਗ ਹੋ ਗਿਆ ਤੇ ਗੁਰੂ ਨਾਲ ਉਹ ਵਿਜੋਗ ਹੋ ਗਿਆ ਸੰਜੋਗ ਤੇ ਵਿਜੋਗ ਹੋਣਾ ਇੱਕ ਬੰਨਈਆ ਫੈਸਲਾ ਬੰਦਿਆ ਤੂੰ ਕਰਨਾ ਜੇ ਤੇਰਾ ਗੁਰੂ ਨਾਲ ਸੰਜੋਗ ਹੋ ਗਿਆ ਤੇ ਬੁਰਾਈ ਤੋਂ ਵਿਜੋਗ ਹੋ ਜੂ ਜੇ ਤੇਰਾ ਬੁਰਾਈ ਨਾਲ ਸੰਜੋਗ ਹੋ ਗਿਆ ਤੇ ਗੁਰੂ ਨਾਲੋਂ ਸਾਰੇ ਬੋਲੋ ਹਣ ਜੀ ਵਿਜੋਗ ਹੋ ਜੂ ਵਿਛੋੜਾ ਪੈ ਜੂ ਇਹ ਫੈਸਲਾ ਇਨਸਾਨ ਤੂੰ ਖੁਦ ਆਪ ਕਰਨਾ ਵੀ ਸੰਜੋਗ ਕਰਨਾ ਕਿਹੜੇ ਬੰਨੇ ਹੁਣ ਕਈ ਵਾਰੀ ਜਿਹੜਾ ਬੰਦਾ ਡਰਗ ਦਾ ਕਰਦਾ ਹੈ ਜਿਹੜਾ ਬੰਦਾ ਨਸ਼ੇ ਕਰਦਾ ਹੈ ਕਈ ਵਾਰੀ ਸ਼ਾਮਾਂ ਨੂੰ ਬੱਚੇ ਡੀਕਦੇ ਆ ਵੀ ਪਾਪਾ ਜੀ ਨਹੀਂ ਆਏ ਅਸੀਂ ਆਪਣੇ ਡੈਡੀ ਨਾਲ ਬੈਠ ਕੇ ਖਾਣਾ ਖਾਣਾ ਹੈ ਪਰ ਉਹ ਤੇ ਗਲਤ ਸੰਗਤ ਚ ਪਿਆ ਹੁਣ ਉਧਰ ਸੰਜੋਗ ਹੈ ਇਧਰ ਬੱਚੇ ਡੀਕ ਰਹੇ ਨੇ ਕਤੇ ਗੱਲ ਕਲਿੱਕ ਕਰ ਗਈ ਉਹਨੂੰ ਸਮਝ ਆ ਗਈ ਵੀ ਨਹੀਂ ਸਮਾਂ ਪਾ ਕੇ ਉਹਨੇ ਨਸ਼ੇ ਵਾਲਿਆ ਬੰਦਾ ਛੱਡ ਦਿੱਤਾ ਪਾਸਾ ਅੱਜ ਬੱਚਿਆਂ 'ਚ ਬੈਠੇ ਮਾਂ ਕੋਲ ਬੈਠੇ ਅੱਜ ਉਹ ੜੀਕ ਰਹੇ ਨੇ ਅੱਜ ਉਧਰੋਂ ਵਿਜੋਗ ਹੋ ਗਿਆ ਤੇ ਇਧਰ ਸੰਜੋਗ ਹੋ ਗਿਆ ਇਹ ਇਨਸਾਨ ਮਰਜ਼ੀ ਤੇਰੀ ਆਪਣੀ ਹੈ ਵੀ ਤੂੰ ਸੰਜੋਗ ਬਣਾਉਣਾ ਚੰਗੇ ਬੰਦੇ ਆ ਕਿ ਮਾੜੇ ਬੰਦੇ ਬਣੇ ਉਹ ਇਹ ਮਰਜ਼ੀ ਤੇਰੀ ਹੈ ਇਹ ਤੇ ਬਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੋਇ ਫੜ ਲਾਏ ਇੰਜ ਸਮਝੋ ਵੀ ਜਿਵੇਂ ਇੱਕ ਦਰਖਤ ਹੈ ਸੰਸਾਰ ਇੱਕ ਦਰਖਤ ਹੈ ਇਹਨੂੰ ਦੋ ਫਲ ਲੱਗੇ ਹੋਏ ਨੇ ਇੱਕ ਜ਼ਹਿਰ ਦਾ ਤੇ ਕਮਰ ਦਾ ਤੂੰ ਇਹਦੇ ਵਿੱਚੋਂ ਕਿਹੜਾ ਫਲ ਚਖਣਾ ਹੈ ਇਹ ਮਰਜ਼ੀ ਤੇਰੀ ਆਪਣੀ ਹੈ ਇਹ ਕਿਸੇ ਦੀ ਮਰਜ਼ੀ ਨਹੀਂ ਤੇ ਸਾਡੇ ਪਤਾ ਕਹਿਣਗੇ ਜੇ ਕਿਤੇ ਪੁੱਠੇ ਕੰਮ ਕਰਦਾ ਹੋਵੇ ਨਾ ਕਹਿਣਗੇ ਪ੍ਰਮਾਤਮਾ ਹੀ ਕਰਦਾ ਬਈ ਇਹ ਤਾਂ ਥੋੜਾ ਜੀ ਕਰਦਾ ਸੀ ਕਿਤੇ ਈਸ਼ਵਰ ਨੇ ਜਾਣ ਨੂੰ ਲਓ ਕਰ ਲੋ ਗੱਲ ਬੰਦਾ ਬਰੀ ਕਰਤਾ ਤੁਸੀਂ ਬਈ ਜੇ ਬੰਦਾ ਕੁਝ ਨਹੀਂ ਕਰਦਾ ਫਿਰ ਤੇ ਫਿਰ ਤੁਸੀਂ ਫਿਰ ਤੇ 84 ਚ ਜੋ ਕੁਝ ਸਾੜਨਾ ਹੋਇਆ ਆ ਮਨੀਪੁਰ ਦੇ ਵਿੱਚ ਜੋ ਕੁਝ ਵਾਪਰਿਆ ਕਹਤੋਂ ਹਾਂ ਰੱਬ ਨੇ ਕੀਤਾ ਸਾਰਾ ਕੁਝ ਜੇ ਕਿਤੇ 84 ਦੇ ਵਿੱਚ ਉਹਨਾਂ ਦਰਿੰਦਿਆਂ ਨੂੰ ਸਜ਼ਾਵਾਂ ਦਿੱਤੀਆਂ ਹੁੰਦੀਆਂ ਤੇ ਮਨੀਪੁਰ ਵਰਗੀ ਘਟਨਾ ਜ ਦੁਬਾਰਾ ਨਹੀਂ ਸੀ ਵਾਪਰਨੀ ਜੇ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਗਲਾਂ 'ਚ ਟੈਰ ਪਾ ਪਾ ਕੇ ਜਿਨ੍ਹਾਂ ਧੀਆਂ ਦੇ ਨਾਲ ਰੇਪ ਕੀਤੇ ਚਾਸ ਬਕਾਰੋ ਕਾਨਪੁਰ ਦਿੱਲੀ ਦੀ ਧਰਤੀ ਤੇ ਜੋ ਕੁਝ ਵਾਪਰਿਆ ਜੇ ਕਿਤੇ ਉਦੋਂ ਕਾਨੂੰਨ ਹੁੰਦਾ ਕਿ ਵਾਕਿਆ ਯਾਰ ਇਹਨਾਂ ਨੂੰ ਸਜ਼ਾਵਾਂ ਦਿਓ ਤੁਸੀਂ ਤੇ ਅੱਜ ਉਹਨਾਂ ਧੀਆਂ ਨਾਲ ਕਦੀ ਨਾ ਵਾਪਰਦਾ ਜਿਨ੍ਹਾਂ ਨੂੰ ਨਿਰਵਸਤਰ ਕਰਕੇ ਗਲੀਆਂ ਦੇ ਵਿੱਚ ਘਮਾਇਆ ਗਿਆ ਹੈ ਯਾਰ ਧੀਆਂ ਤੇ ਧੀਆਂ ਨੇ ਭਾਵੇਂ ਉਹ ਕਿਸੇ ਮਜਬੂਨ ਨਾਲ ਸੰਬੰਧ ਰੱਖਦੀਆਂ ਹੋਣ ਪੂਰੀ ਤੁਹਾਨੂੰ ਹਿਸਟਰੀ ਵਿੱਚੋਂ ਸਿੱਖ ਇਤਿਹਾਸ ਵਿੱਚ ਕਿਤੇ ਇਦਾਂ ਦਾ ਨਹੀਂ ਮਿਲੇਗਾ ਜਿੱਥੇ ਕਿਤੇ ਦੁਸ਼ਮਣ ਦੀ ਵੀ ਧੀ ਪੈਣ ਨਾਲ ਕਿਸੇ ਸਿੱਖ ਨੇ ਇਦਾਂ ਕੀਤਾ ਹੋਵੇ ਇਹ ਤੁਹਾਨੂੰ ਇਤਿਹਾਸ ਕਿਉਂ ਕਿ ਕਰਤਾਰ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਇਹ ਸਿੱਖੀ ਸਿਧਾਂਤ ਸੀ ਕਿ ਦੁਸ਼ਮਣ ਦੀ ਵੀ ਧੀ ਪੈਣ ਵਾਲ ਸਿੱਖ ਬੁਰੀ ਨਜ਼ਰ ਦੇ ਨਾਲ ਨਹੀਂ ਸੀ ਵੇਖਦਾ ਜੇ ਸਰਦਾਰ ਹਰੀ ਸਿੰਘ ਨਲੂਏ ਦੇ ਕੋਲ ਬਾਨੂ ਬੇਗਮ ਆਉਂਦੀ ਹੈ ਕਿ ਮੈਨੂੰ ਤੇਰੇ ਵਰਗਾ ਪੁੱਤ ਚਾਹੀਦਾ ਹੈ ਤੇ ਬਾਨੂ ਬੇਗਮ ਨੂੰ ਹਰੀ ਸਿੰਘ ਨਲੂਆ ਇਹਨੇ ਪਿਆਰ ਨਾਲ ਸਮਝਾ ਕੇ ਤੁਰਦੇ ਨੇ ਕਿ ਮੈਨੂੰ ਹੀ ਆਪਣਾ ਪੁੱਤ ਬਣਾ ਲਾ ਮੈਂ ਮੈਨੂੰ ਅੱਜ ਤੋਂ ਆਪ ਆਪਣਾ ਬੇਟਾ ਕਹਿਣਾ ਸ਼ੁਰੂ ਕਰ ਦੇ ਮੈਂ ਤੇਰੇ ਵਿੱਚੋਂ ਆਪਣੀ ਮਾਂ ਵੇਖਾਂਗਾ ਉਹਦੇ ਅੰਦਰ ਦੀਆਂ ਕਾਮ ਵਾਸ਼ਨਾਵਾਂ ਨੂੰ ਗੁਰਮਤ ਦੇ ਉਪਦੇਸ਼ ਨਾਲ ਠੰਡਿਆ ਕਰ ਦਿੱਤਾ ਸਰਦਾਰ ਹਰੀ ਸਿੰਘ ਨਲੂਏ ਦੇ ਇੱਕ ਕਰਦਾਰ ਸੀ ਇੱਕ ਕੈਰੇਕਟਰ ਸੀ ਜਿੱਤੋਂ ਅੱਜ ਅਸੀਂ ਹੀਟਾਂ ਜੜ ਗਏ ਝਾੜ ਝਖੜ ਉਹਹਾੜ ਲਹਿਰੀ ਵਹਿਨ ਲਖੇਸ਼ਰੀ ਸਤਿਗੁਰ ਸਿਓ ਲਾਏ ਬੇੜੇ ਡੁੱਬਣ ਨਾਹੀਂ ਪਾਓ ਬੰਦੇ ਦੇ ਅੰਦਰ ਝਾੜ ਹੈ ਝੜੀ ਲੱਗੀ ਹੋਈ ਹੈ ਝਖੜ ਹਨੇਰ ਆ ਰਿਹਾ ਹੈ ਝਾੜ ਝਖੜ ਉਹਹਾੜ ਲਹਿਰੀ ਵਹਿਨ ਲਖੇਸ਼ਰੀ ਸਤਿਗੁਰ ਸਿਓ ਲਾਏ ਬੇੜੇ ਡੁੱਬਣ ਨਾਹੀਂ ਪਾਓ ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਪੜ ਕੇ ਵੇਖੋ ਬੰਦੇ ਦੇ ਇਸ ਬ੍ਰੇਨ ਵਿੱਚ ਇੱਥੇ ਦਿਮਾਗ ਦੇ ਵਿੱਚ ਝਾੜ ਵੀ ਆਉਂਦਾ ਹੈ ਝਖੜ ਝਾੜ ਝਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ 베ੜੇ ਡੁੱਬਣ ਨਾਹੇ ਪਹੋ ਝੜ ਝੜੀ ਲੱਗੀ ਹੁਣ ਝੜੀ ਕੀ ਹੁੰਦੀ ਐ ਨਿੱਕੀ ਨਿੱਕੀ ਬੂੰਦਾ ਬਾਂਦੀ ਹੋਈ ਜਾਂਦੀ ਐ ਵਕਾਰਾਂ ਦੀ ਝੜੀ ਲੱਗੀ ਐ ਮਾੜੇ ਵਿਚਾਰ ਡਿੱਗੀ ਜਾਂਦੇ ਨੇ ਮਾੜੇ ਖਿਆਲ ਆਈ ਜਾਂਦੇ ਝੜ ਝਖੜ ਝਖੜ ਕੀ ਕਰਦਾ ਜਦੋਂ ਝਖੜ ਵਗਦਾ ਹੈ ਦਰਖਤਾਂ ਨੂੰ ਪੁੱਟ ਕੇ ਸੁੱਟ ਜਾਂਦਾ ਐ ਅੰਦਰ ਕਾਮ ਵਾਸ਼ਨਾਵਾਂ ਦੇ ਝਖੜ ਚੱਲਦੇ ਨੇ ਪਰਵਾਰਾਂ ਦੇ ਪਰਿਵਾਰ ਤਬਾਹ ਕਰ ਜਾਂਦਾ ਹੈ ਕਾਮ ਵਾਸ਼ਨਾਵਾਂ ਦਾ ਝਖੜ ਝਾੜ ਝਖੜ ਉਹਾੜ ਉਹਾੜ ਆਉਂਦੇ ਨੇ ਹੜ ਨੂੰ ਜਿਵੇਂ ਹੜ ਆਏ ਨੇ ਨਾ ਇੱਥੇ ਵੀ ਹੜ ਆਉਂਦੇ ਨੇ ਬੰਦੇ ਦੇ ਅੰਦਰ ਵੀ ਹੜ ਆਉਂਦੇ ਨੇ ਹੜ ਜਿਵੇਂ ਗੱਡੀਆਂ ਰੋੜ ਕੇ ਲੈ ਗਿਆ ਫਸਲਾਂ ਰੋੜ ਕੇ ਲੈ ਗਿਆ ਸਾਡੀ ਜ਼ਮੀਨ ਜਾਇਦਾਦ ਜੋ ਬਣਿਆ ਸੀ ਬਜ਼ੁਰਗਾਂ ਦਾ ਘਰਾਂ ਦੇ ਘਰ ਤਬਾਹ ਕਰਤੇ ਬਾਹਰ ਦੇ ਜਿਹੜੇ ਝਾੜ ਨੇ ਝਖੜ ਨੇ ਹੜ ਨੇ ਇੱਥੇ ਤੇ ਇੱਕ ਦੂਜਾ ਮਦਦ ਕਰ ਦੂ ਪਰ ਜਿਹੜੇ ਅੰਦਰ ਹੜ ਆਏ ਨੇ ਇਸੇ ਕੌਣ ਹਲਪ ਕਰੇਗਾ ਝਾੜ ਝਖੜ ਉਹ ਮਿਲ ਲੱਭ ਨਹੀਂ ਰਿਹਾ ਝਾੜ ਝਖੜ ਉਹ ਹਾੜ ਲਹਿਰੀ ਵਹਿਨ ਲਖੇਸ਼ਰੀ ਸਤਗੁਰ ਸਿਉ ਅਲਾਏ ਬੇੜੇ ਡੁੱਬਣ ਨਹੀਂ ਪਾਉ ਇਹ ਧੰਗ ਗੁਰ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਬੰਦੇ ਦੇ ਅੰਦਰ ਝੜੀ ਵੀ ਲੱਗੀ ਹੈ ਝਖੜ ਵੀ ਆਉਂਦਾ ਹੈ ਹੜ ਵੀ ਹੁੰਦੇ ਨੇ ਪਰ ਕਾਦੇ ਵਕਾਰਾਂ ਦੇ ਝਾੜ ਝਖੜ ਉਹ ਹਾਰਡ ਲਹਿਰੀ ਵਹਿਨ ਲਖੇਸਰੀ ਗੁਰੂ ਕੇ ਪਿਆਰਿਓ ਬਾਣੀ ਜ਼ਰੂਰ ਪੜਿਆ ਕਰੋ ਆਪਣੇ ਘਰਾਂ ਚ ਗੁਰੂ ਦਾ ਉਪਦੇਸ਼ ਸਮਝਿਆ ਕਰੋ ਵਿਚਾਰਿਆ ਕਰੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਰ ਕੁਐਸਚਨ ਦਾ ਆਨਸਰ ਹੈ ਕੋਈ ਇਦਾਂ ਦਾ ਸਵਾਲ ਨਹੀਂ ਹੈ ਜਿਹਦਾ ਜਵਾਬ ਲੱਭਣ ਲਈ ਮੈਨੂੰ ਕਿਤੇ ਬਾਹਰ ਜਾਣਾ ਪਵੇ ਸਤਗੁਰੂ ਜੀ ਨੇ ਬਹੁਤ ਕੁਝ ਸਾਡੇ ਵਾਸਤੇ ਸਮੋਹ ਕੇ ਦਿੱਤਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਜੂਣਾ ਹਜ਼ੂਰ ਕਹਿੰਦੇ ਨੇ ਮਿਰਤ ਕੋ ਪਾਇਓ ਤਨ ਸਾਸਾ ਜਿਹੜਾ ਆਤਮਿਕ ਤੌਰ ਤੇ ਮਰ ਚੁੱਕਾ ਹੈ ਗੁਰੂ ਉਹਨੂੰ ਸਵਾਸ ਦੇ ਕੇ ਜਿਉਂਦਾ ਕਰ ਦਿੰਦਾ ਹੈ ਗੁਣਾ ਦੇ ਸਵਾਸ ਦੇ ਕੇ ਜਿਵੇਂ ਆਪਾਂ ਰੋਜ਼ ਪੜ੍ਹਦੇ ਹਾਂ ਪਵਣ ਗੁਰੂ ਸਾਰੇ ਬੋਲੋ ਪਵਣ ਗੁਰੂ ਇਹਦਾ ਕੀ ਮਤਲਬ ਹੈ ਸਾਡੀ ਹਵਾ ਗੁਰੂ ਹੈ ਨਹੀਂ ਜਿਵੇਂ ਸਰੀਰ ਨੂੰ ਜਿਉਂਦੇ ਰੱਖਣ ਵਾਸਤੇ ਹਵਾ ਜ਼ਰੂਰੀ ਹੈ ਆਕਸੀਜਨ ਇਦਾਂ ਮਨ ਨੂੰ ਜਿਉਂਦਾ ਰੱਖਣ ਲਈ ਗੁਰੂ ਜ਼ਰੂਰੀ ਹੈ ਜੇ ਸਾਡੀ ਬਾਡੀ ਨੂੰ ਆਕਸੀਜਨ ਨਾ ਮਿਲੇ ਹਮ ਆਦਮੀ ਹਾਂ ਸਾਰੇ ਬੋਲੋ ਹਮ ਆਦਮੀ ਹਾਂ ਇੱਕ ਦਮੀ ਇੱਕ ਦਮ ਆ ਗਿਆ ਤੇ ਆਦਮੀ ਆ ਇੱਕ ਦਮ ਨਾ ਆਇਆ ਤੇ ਆਦਮੀ ਨਹੀਂ ਆ ਹੁਣ ਜੇ ਤੁਸੀਂ ਪਲੇਨ ਚ ਸਫਰ ਕਰਦੇ ਹੋ ਉਹ ਕੀ ਆਂਦੀਆਂ ਪਲਾਏ 에ਰੋਸਟ ਜਦੋਂ ਉਹ ਲੈਕਚਰ ਜਦੋਂ ਉੱਥੇ ਪਿੱਛੋਂ ਉਹ ਉਪਦੇਸ਼ ਦਿੰਦੀਆਂ ਨੇ ਸਮਝਾਉਂਦੀਆਂ ਨੇ ਪੈਸੇਂਜਰ ਨੂੰ ਕੀ ਕਿ ਜੇ ਤੁਹਾਨੂੰ ਹਵਾ ਸਾਹ ਦੀ ਦਿੱਕਤ ਆਵੇ ਤੇ ਮਾਸ ਕਿਦਾਂ ਤੁਸੀਂ ਲਾਉਣਾ ਹੈ ਪਹਿਲਾਂ ਆਪ ਲਾਉਣਾ ਹੈ ਫਿਰ ਦੂਜੇ ਦੀ ਹੈਲਪ ਕਰਨੀ ਉਹਨਾਂ ਨੂੰ ਪਤਾ ਹੈ ਕਿ ਜੇ ਸਾਹ ਨਾ ਆਇਆ ਤੇ ਬੰਦਾ ਖਤਮ ਹੈ ਬੰਦਾ ਡੈੱਡ ਹੈ ਆ ਕਰੋਨਾ ਵਿੱਚ ਕੋਡ ਵਿੱਚ ਕਿੱਦਾਂ ਆਕਸੀਜਨ ਦੇ ਸਿਲੰਡਰ ਵੰਡੇ ਗਏ ਕਿਦਾਂ ਸੇਵਾਵਾਂ ਕੀਤੀਆਂ ਗਈਆਂ ਸਾਹ ਲੈਣ ਵਿੱਚ ਲੋਕਾਂ ਨੂੰ ਦਿੱਕਤ ਆਈ ਤੋ ਹਜ਼ੂਰ ਸਮਝਾਉਂਦੇ ਨੇ ਜਿਵੇਂ ਸਰੀਰ ਨੂੰ ਜਿਉਂਦਾ ਰੱਖਣ ਲਈ ਹਵਾ ਜ਼ਰੂਰੀ ਹੈ ਮਨ ਨੂੰ ਜਿਉਂਦਾ ਰੱਖਣ ਲਈ ਇਦਾਂ ਹੀ ਗੁਰੂ ਦਾ ਉਪਦੇਸ਼ ਗੁਰੂ ਦੀ ਸਿੱਖਿਆ ਜ਼ਰੂਰੀ ਹੈ ਸੋ ਜਿਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜਿਵੈ ਕੋਈ ਜਿਉਂਦਾ ਕੌਣ ਹੈ ਜਿਹਦੇ ਮਨ ਵਿੱਚ ਸੋਏ ਮਾਲਕ ਵੈਗਰੂ ਸੱਚ ਵਸਦਾ ਹੈ ਤੋ ਹਜ਼ੂਰ ਕਹਿੰਦੇ ਮਿਰਤਕ ਕਉ ਪਾਇਓ ਤਨ ਸਾਸਾ ਜਿਹੜਾ ਆਤਮਿਕ ਤੌਰ ਤੇ ਮਰ ਚੁੱਕਾ ਸੀ ਗੁਰੂ ਨੇ ਉਹਦੇ ਵਿੱਚ ਗੁਣਾ ਦੀ ਆਕਸੀਜਨ ਪਾ ਦਿੱਤੀ ਮਿਰਤਕ ਕਉ ਪਾਇਓ ਤਨ ਸਾਸਾ ਬਿਸ਼ਰਤ ਗੱਲ ਸਮਝ ਆ ਗਈ ਜਿਹੜਾ ਵਿਛੜਿਆ ਸੀ ਜਿਹਦਾ ਵਿਜੋਗ ਹੋਇਆ ਪਿਆ ਸੀ ਗੁਰੂ ਵਿਚੋਲਾ ਬਣ ਗਿਆ ਤੇ ਗੁਰੂ ਨੇ ਕੀ ਕੀਤਾ ਆਣਾ ਮਿਲਾਇਆ ਉਹਨੇ ਆਣ ਕੇ ਮਲਾ ਦਿੱਤਾ ਕਿਹਦੇ ਨਾਲ ਜੈਸਾ ਸਾਥ ਗੁਰੂ ਸੁਣੀਦਾ ਸਾਰੇ ਬੋਲੋ ਜੈਸਾ ਸਾਥ ਗੁਰੂ ਸੁਣੀਦਾ ਵਿਛੜਿਆ ਮਿਲੇ ਪ੍ਰਭੂ ਹਰ ਗੁਰੂ ਜੀ ਵਿਚੋਲੇ ਦਾ ਕੰਮ ਕਰਦੇ ਨੇ ਪ੍ਰਮਾਤਮਾ ਕੰਤ ਹੈ ਸੱਚ ਅਸੀਂ ਜੀ ਵਿਸਤਰੀਆਂ ਸਾਡਾ ਮਲਾਪ ਗੁਰੂ ਜੀ ਕਰਾਉਂਦੇ ਨੇ ਜਿਵੇਂ ਦੁਨਿਆਵੀ ਵਿਚੋਲਾ ਜਦੋਂ ਲੜਕੇ ਲੜਕੀ ਦਾ ਰਿਸ਼ਤਾ ਕਰਾਉਂਦਾ ਹੈ ਉਹ ਝੂਠ ਬੋਲ ਸਕਦਾ ਪਰ ਗੁਰੂ ਵਿਚੋਲੇ ਨੇ ਝੂਠ ਨਹੀਂ ਬੋਲਣਾ ਜਿੱਦਾਂ ਦੇ ਅਸੀਂ ਹੈਗੇ ਆ ਉਦਾਂ ਦਾ ਹੀ ਸਾਨੂੰ ਪੇਸ਼ ਕਰਨਾ ਦੁਨਿਆਵੀ ਵਿਚੋਲਾ ਕਈ ਵਾਰੀ ਝੂਠ ਬੋਲ ਦਿੰਦਾ ਹੈ ਮੁੰਦਰੀ ਦੇ ਲਾਲਚ ਵਿੱਚ ਝੂਠ ਬੋਲ ਦੇਵੇਗਾ ਵੀ ਮੈਨੂੰ ਵਿੱਚੋਂ ਕੁਝ ਨਾ ਕੁਝ ਮਿਲਣਾ ਹੈ ਤਾਂ ਵੀ ਤੁਸੀਂ ਵੇਖਿਓ ਵੀ ਰਿਸ਼ਤੇ ਹੋਣ ਤੋਂ ਬਾਅਦ ਟਾਵੇਂ ਨਹੀਂ ਜਿਹੜੇ ਵਿਚੋਲੇ ਬਾਅਦ ਵਿੱਚ ਜਲ ਪਾਣੀ ਸ਼ਕਣ ਜੋਗੇ ਰਹਿੰਦੇ ਨੇ ਨਹੀਂ ਤੇ ਉਹਨਾਂ ਨੂੰ ਕੋਈ ਬੁਲਾਉਂਦਾ ਨਹੀਂ ਵੀ ਇਹਨੇ ਝੂਠ ਬੋਲਿਆ ਹੁੰਦਾ ਪਰ ਗੁਰੂ ਵਿਚੋਲੇ ਦਾ ਕਰਦਾਰ ਹੈ ਕਿ ਗੁਰੂ ਵਿਚੋਲੇ ਨੇ ਉਹ ਤਿਆਰੀ ਕਰਾਉਣੀ ਹੈ ਕਿ ਅਸੀਂ ਕੰਤ ਦੇ ਨੇੜੇ ਹੋ ਸਕੀਏ ਜੈਸਾ ਸਤਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇ ਲੈ ਪ੍ਰਭੂ ਹਰ ਦਰਗਾਹ ਕਾ ਵਸੀਤ ਮਿਰਤਕ ਕੋ ਪਾਇਓ ਤਨ ਸਾ ਸਾਰੇ ਬੋਲੋ ਮਿਰਤਕ ਕੋ ਪਾਇਓ ਤਨ ਸਾ ਮਿਰਤਕ ਵਿੱਚ ਸਵਾਸ ਪਾਤੇ ਕਿਹੜੇ ਸਵਾਸ ਗੁਣਾ ਦੇ ਬਿਸ਼ਰਤ ਆਣ ਮਿਲਾਇਆ ਵਿਛੜੇ ਨੂੰ ਲਿਆ ਕੇ ਮਿਲਾ ਦਿੱਤਾ ਮੈਂ ਵਿਛੜਿਆ ਸੀ ਮੇਰਾ ਵਿਜੋਗ ਹੋਇਆ ਪਿਆ ਸੀ ਮੇਰਾ ਸੰਜੋਗ ਕਰਾਤਾ ਗੱਲ ਆ ਗਈ ਨਾ ਸੰਜੋਗ ਵਿਜੋਗ ਦੋਏ ਕਾਰ ਚਲਾਵੇਂ ਬਿਸ਼ਰਤ ਆਣ ਮਿਲਾਇਆ ਪਸ਼ੂ ਜਿਹੜਾ ਮੇਰੇ ਅੰਦਰ ਪਸ਼ੂ ਬੈਠਾ ਸੀ ਜਿਵੇਂ ਕਈ ਵਾਰੀ ਬੱਚਾ ਆਪਣੇ ਮਾਂ ਤੇ ਹੱਤ ਚੁੱਕੇ ਬਾਪ ਤੇ ਹੱਤ ਚੁੱਕੇ ਤੇ ਕੀ ਆਂਦੇ ਨੇ ਇਥੇ ਡੰਗਰ ਹੈ ਇਥੇ ਪਸ਼ੂ ਹੈ ਪਰ ਕਈ ਵਾਰੀ ਨਾ ਅਸੀਂ ਇਹੋ ਜੇ ਇਨਸਾਨ ਨੂੰ ਪਸ਼ੂ ਕਹਿ ਕੇ ਪਸ਼ੂ ਦੀ ਤੋਹੀਨ ਕਰਦੇ ਆਂ ਸੱਚ ਕਿਉਂਕਿ ਪਸ਼ੂ ਤੇ ਚੰਗਾ ਪਸ਼ੂ ਮਿਲ ਹੈ ਚੰਗਿਆਈਆਂ ਖਾੜੇ ਖਾਵੇਂ ਅੰਮ੍ਰਿਤ ਦੇ ਨਾਮ ਵੇ ਹੂਣ ਆਦਮੀ ਤ੍ਰਿਗ ਜੀਵਨ ਕਰਮ ਕਰੇ ਪਸ਼ੂ ਤਰਾ ਸੁੱਕਾ ਘਾਖਾ ਖਾ ਕੇ ਸਿਰੇ ਬਾਲਟੀ ਦੁੱਧ ਹੀ ਫਰ ਦਿੰਦਾ ਇਹ ਤੇ ਆਪਣੇ ਆਤੇ ਅਤਿਆਚਾਰ ਕਰਦਾ ਤੇ ਅਸੀਂ ਉਹਨੂੰ ਪਸ਼ੂ ਕਹਿ ਕੇ ਨਾ ਸੱਚੀ ਜੇ ਪਸ਼ੂ ਬੋਲਦੇ ਉਹਨਾਂ ਸਾਡੇ ਤੇ ਮੁਕਦਮਾ ਕਰ ਦੇਣੋ ਕਿ ਤੁਸੀਂ ਇਹੋ ਜਿਹੇ ਇਨਸਾਨਾਂ ਨੂੰ ਪਸ਼ੂ ਕਹਿ ਕੇ ਸਾਡੀ ਬੇਇੱਜ਼ਤੀ ਕਰਦੇ ਹੋ ਅਸੀਂ ਤੇ ਪੰਜ ਸੱਤ گاਵਾਂ ਰਲ ਕੇ ਇੱਕ ਕਿਸਾਨ ਦਾ ਬੋਝ ਚੱਕੀ ਫਿਰਦੀ ਆ ਉਹਦੇ ਬੱਚਿਆਂ ਦੀਆਂ ਫੀਸਾਂ ਸਾਡੇ ਦੁੱਧ ਤੋਂ ਜਾਂਦੀਆਂ ਇਹ ਤਾਂ ਇਨਸਾਨ ਆਪਣੇ ਪਰਿਵਾਰ ਤੇ ਬੋਝ ਐ ਤੁਸੀਂ ਇਹਨੂੰ ਡੰਗਰ ਕਹਿ ਕੇ ਪਸ਼ੂ ਕਹਿ ਕੇ ਸਾਡੀ ਬੇਇੱਜ਼ਤੀ ਕਰਦੇ ਹੋ ਪਸ਼ੂ ਤੇ ਚੰਗਾ ਹੈ ਬੰਦੇ ਦੇ ਅੰਦਰ ਆ ਐ ਜੂਨਾ ਜਿਹੜੀਆਂ ਅਸੀਂ ਮਨੁੱਖਾ ਦੇਹ ਚ ਭੋਗ ਰਹੇ ਆ ਪਸ਼ੂ ਇਸੇ ਨੂੰ ਵੇਖ ਕੇ ਸਤਿਗੁਰੂ ਨੂੰ ਕਹਿਣਾ ਪਿਆ ਸੀ ਕਰਤੂਤ ਪਸ਼ੂ ਕੀ ਕਿ ਕੰਮ ਤੇਰੇ ਪਸ਼ੂਆਂ ਵਾਲੇ ਸਰੀਰ ਤੇਰਾ ਮਨੁੱਖ ਵਾਲਾ ਤੂੰ ਹਜ਼ੂਰ ਕਹਿੰਦੇ ਨੇ ਪਸ਼ੂ ਪ੍ਰੇਤ ਇਹ ਸਾਰੇ ਸੁਭਾਅ ਨੇ ਸਾਡੇ ਪਸ਼ੂ ਸੁਭਾਅ ਪ੍ਰੇਤ ਸੁਭਾਅ ਪਸ਼ੂ ਪ੍ਰੇਤ ਮੁਗਧ ਮੁਗਧ ਕਹਿੰਦੇ ਮੂਰਖ ਨੂੰ ਮੂਰਖ ਪ੍ਰੇਤ ਪਸ਼ੂ ਪਸ਼ੂ ਪ੍ਰੇਤ ਮੁਗਧ ਭੈ ਸ਼ਰੋਤੇ ਜਿਹੜੇ ਮੁਗਧ ਸੀ ਨਾ ਉਹ ਸ਼ਰੋਤੇ ਬਣਾਤੇ ਸੁਣ ਲੱਗ ਪਏ ਅੱਛਾ ਜਦੋਂ ਤੱਕ ਬੰਦਾ ਗੁਰੂ ਦੀ ਗੱਲ ਨਹੀਂ ਸੁਣਦਾ ਉਹਨੂੰ ਕਿਹੜੀ ਚੀਜ਼ ਨਹੀਂ ਸੁਣ ਦਿੰਦੀ ਉਹਨੂੰ ਪਸ਼ੂ ਸੁਭਾਅ ਨਹੀਂ ਸੁਣ ਦਿੰਦਾ ਉਹਨੂੰ ਪ੍ਰੇਤ ਸੁਭਾਅ ਨਹੀਂ ਸੁਣ ਦਿੰਦਾ ਉਹਨੂੰ ਮੂਰਖ ਦਾ ਸੁਭਾਅ ਉਹਨੂੰ ਸੁਣਨ ਦਾ ਜਦੋਂ ਸੁਣ ਲੱਗ ਪਿਆ ਉਹਨੇ ਸਿਆਣਾ ਬਣ ਜਾਣਾ ਸੁਣਿਓ ਧਿਆਨ ਨਾਲ ਪਸ਼ੂ ਪ੍ਰੇਤ ਮੁਗਧ ਭੈ শ্রোਤੇ ਹਰ ਨਾਮ ਮੁਖ ਗਾਇਆ ਸਾਰੇ ਬੋਲੋ ਹਰ ਨਾਮ ਮੁਖ ਜਦੋਂ ਤੱਕ ਬੰਦਾ ਗੁਰੂ ਦੀ ਗੱਲ ਨਹੀਂ ਸੁਣਦਾ ਸਮਝ ਲਓ ਅੰਦਰ ਦਾ ਪਸ਼ੂ ਇੱਥੇ ਉਹਨੂੰ ਬਹਿਣ ਨਹੀਂ ਦਿੰਦਾ ਅੰਦਰ ਦਾ ਪ੍ਰੇਤ ਉਹਨੂੰ ਗੁਰੂ ਦੇ ਕੋਲ ਨਹੀਂ ਆਉਣ ਦਿੰਦਾ ਕਿਉਂਕਿ ਚਿੰਕੇ ਚੇਤਕ ਠੋਹਰ ਹੈ ਗੁਰੂ ਰਾਮਦਾਸ ਜੀ ਸੇ ਬਹਿ ਨਾ ਸਤ ਗੁਰੂ ਪਾਸ ਮਹਾਰਾਜ ਕਿਉਂ ਕਹਿੰਦੇ ਉਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ ਕਹਿੰਦੇ ਕੂੜ ਕੂੜ ਬੰਦੇ ਜਿਹੜੇ ਝੂਠੇ ਬੰਦੇ ਨੇ ਉਹ ਸੱਚ ਦਾ ਮੁਕਾਬਲਾ ਨਹੀਂ ਕਰ ਸਕਦੇ ਉਹ ਪਸ਼ੂ ਅੰਦਰ ਉਹਦਾ ਬਹਿ ਨਹੀਂ ਦਿੰਦਾ ਤੁਇਸ ਕਰਕੇ ਗੁਰੂ ਦੀ ਵਿਢਾਈ ਇਹ ਹੈ ਕਿ ਪਸ਼ੂ ਸੁਭਾ ਮਾਰ ਕੇ ਉਹਨੂੰ ਸੋਹਣਾ ਸਰੋਤਾ ਬਣਾ ਦਿੰਦਾ ਫਿਰ ਅੰਦਰ ਜਿਹੜਾ ਡੇਰਾ ਜਮਿਆ ਹੋਇਆ ਸੀ ਦੁਖ ਸੋਗ ਕਾਟਾਇਓ ਡੇਰਾ ਜਿਹੜਾ ਦੁਖ ਤੇ ਸੋਗ ਅੰਦਰ ਡੇਰਾ ਜਮਾ ਕੇ ਬਿਠੇ ਸੀ ਨਾ ਸਤਗੁਰ ਨੇ ਫਿਰ ਉਹ ਡੇਰਾ ਢਾਹ ਦਿੱਤਾ ਦੁਖ ਸੋਗ ਕਾ ਸਾਰੇ ਨਾਲ ਨਾਲ ਬੋਲੋ ਦੁਖ ਸੋਗ ਕਾ ਆਨੰਦਮ ਮੰਗਲ ਬਿਸ਼ਰਾਮਾ आनंद मंगल विश्रामा ਜਦੋਂ ਦੁੱਖ ਤੇ ਸੋਗ ਦਾ ਡੇਰਾ ਲੱਗ ਗਿਆ ਢਾਹ ਗਿਆ ਫਿਰ ਅੰਦਰ ਕੀ ਆ ਗਿਆ ਆਨੰਦ ਮੰਗਲ ਆਨੰਦ ਮੰਗਲ ਨੇ ਟਿਕਾਣਾ ਕਰ ਲਿਆ ਖੁਸ਼ੀਆਂ ਆ ਗਈਆਂ ਘਰ ਚ ਘਰ ਸਵਰਗ ਬਣ ਗਿਆ ਘਰ ਬੈਕੁੰਠ ਬਣ ਗਿਆ ਘਰ ਸੋਹਣਾ ਬਣ ਗਿਆ ਜਿੱਥੇ ਚਾਰ ਜੀ ਬਹਿ ਕੇ ਇੱਕ ਦੂਜੇ ਦਾ ਦੁੱਖ ਸੁੱਖ ਪੁੱਛਦੇ ਨੇ ਦੁੱਖ ਸੁੱਖ ਦੱਸਦੇ ਨੇ ਕਿਹਦੇ ਨਾਲ ਮਿੱਠੀਆਂ ਪਿਆਰੀਆਂ ਗੱਲਾਂ ਕਰਦੇ ਨੇ ਘਰ ਸੋਹਣਾ ਬਣ ਗਿਆ ਜਿੱਥੇ ਆਏ ਗਏ ਤਾਂ ਵੀ ਦਿਲ ਲੱਗਦਾ ਕੋ ਰਿਸ਼ਤੇਦਾਰਾਂ ਤੁਸੀਂ ਵੇਖਿਆ ਨਾ ਆਪਣੇ ਸਮਾਜ ਵਿੱਚ ਕੁਝ ਰਿਸ਼ਤੇਦਾਰ ਐਸੇ ਹੋਣਗੇ ਕਿਸੇ ਦਿਨ ਤੁਸੀਂ ਘਰ ਜਾਓਗੇ ਇੱਕ ਰਾਤ ਰਹਿਣ ਲਈ ਆਇਆ ਬੰਦਾ ਕਹੇਗਾ ਯਾਰ ਮੇਰਾ ਜਾਣ ਨੂੰ دل ਨਹੀਂ ਕਰਦਾ ਇਹਨਾਂ ਵਧੀਆ ਮਾਹੌਲ ਮੈਨੂੰ ਮਿਲਿਆ ਤੇ ਕਈਆਂ ਥਾਵਾਂ ਤੇ ਆਪਾਂ ਕਿਸ ਰਿਸ਼ਤੇਦਾਰ ਦੇ ਚੱਲ ਜੀਏ ਬੰਦਾ ਪਲਾਨਿੰਗ ਬਣਾ ਕੇ ਜਾਂਦਾ ਪੰਜ ਦਿਨ ਰਹਿਣ ਦੀ ਤੇ ਦੂਜੇ ਤੜਕੇ ਬੰਦਾ ਨੇ ਕੱਪੜੇ ਪਾਏ ਹੁੰਦੇ ਵੀ ਚਲੀਏ ਉਹ ਆਉਂਦੇ ਜੀ ਰੋ ਨਹੀਂ ਜੀ ਕੋਈ ਨਹੀਂ ਕੰਮ ਚ ਤੇ ਆ ਗਿਆ ਫੋਨ ਆ ਗਿਆ ਪਿੱਛੋਂ ਪਤਾ ਲੱਗ ਗਿਆ ਵੀ ਇੱਥੇ ਮਾਹੌਲ ਵਧੀਆ ਨਹੀਂ ਇੱਥੇ ਵਧੀਆ ਨਹੀਂ ਹੈਗਾ ਬੱਚੇ ਵੀ ਇਦਾਂ ਹੁੰਦੇ ਤੁਹਾਨੂੰ ਆਪਣੇ ਘਰਾਂ ਦੇ ਮਾਹੌਲ ਖੁਦ ਬਣਾਉਣੇ ਪੈਣੇ ਧਰਮ ਸਮਾਜ ਇਹ ਜਦੋਂ ਇਕਤ ਹੋਏਗਾ ਉਦੋਂ ਜ਼ਿੰਦਗੀ ਖੂਬਸੂਰਤ ਬਣੇਗੀ ਹੁਣ ਇੱਥੇ ਸ਼ਬਦ ਵਰਤਿਆ ਆ ਆਨੰਦ ਮੰਗਲ ਬਿਸ਼ਰਾਮਾ ਮਨ ਵਾਂਸ਼ਿਤ ਫਲ ਮਿਲੇ ਅਚਿੰਤਾ ਪੂਰਨ ਹੋਏ ਮਨ ਵਾਂਸ਼ਿਤ ਫਲ ਕਿਹੜੇ ਆ ਮਨ ਵਾਂਸ਼ਿਤ ਫਲ ਇਹ ਹੈ ਕਿ ਹੁਣ ਮੇਰਾ ਮਨ ਚੰਗੇ ਵਿਚਾਰ ਸੋਚਦਾ ਹੈ ਹੁਣ ਮੇਰਾ ਮਨ ਕਿਸਦਾ ਬੁਰਾ ਨਹੀਂ ਸੋਚਦਾ ਹੁਣ ਮੇਰਾ ਮਨ ਗੁਰੂ ਦੀ ਸਿੱਖਿਆ ਅਨੁਸਾਰ ਤੁਰ ਲੱਗ ਪਿਆ ਹੈ ਕਈ ਵਾਰੀ ਆਪਾਂ ਕਹਿੰਨੇ ਨਾ ਮਹਾਰਾਜ ਸਾਡੇ ਮਨ ਛੇ ਫਲ ਸਾਨੂੰ ਦਿਓ ਮਨ ਦੇ ਤੇ ਫਲ ਕਈ ਵਾਰੀ ਪੁੱਠੇ ਵੀ ਹੁੰਦੇ ਆ ਮਨ ਤੇ ਕਈ ਵਾਰੀ ਬਹੁਤ ਪੁੱਠਾ ਸੋਚਦਾ ਜੇ ਮਨ ਦੀ ਗੱਲ ਕਰੋਗੇ ਨਾ ਮਨ ਤੇ ਕਹਿੰਦਾ ਵੀ ਉਹ ਵੀ ਨਾ ਰੋਟੀ ਖਾਵੇ ਉਹ ਵੀ ਨਾ ਰੋਟੀ ਖਾਵੇ ਉਹ ਵੀ ਫੇਲ ਹੋ ਜਾਏ ਸਾਰਾ ਕੁਝ ਮੇਰੇ ਕੋ ਆ ਜਾਏ ਜੇ ਸੱਚੀ ਇਦਾਂ ਹੀ ਹੋਵੇ ਤੇ ਉੱਥੇ ਕਹਿੰਦਾ ਮਹਾਰਾਜ ਮਨ ਦੀ ਨਹੀਂ ਸੁਣਨੀ ਇਹ ਤੇ ਗਦਾ ਹੈ ਇਹ ਤੇ ਮਨ ਖੁਟਹਾਰ ਤੇਰਾ ਨਹੀਂ ਵਿਸ਼ਾਸ ਤੂੰ ਮਹਾ ਉਦਮਾਦਾ ਖਰਕਾ ਪੈ ਖਰ ਤੋ ਛੁਟੇ ਜੋ ਉੱਪਰ ਲੱਗਾ ਇਹ ਤੇ ਖੋਤਾ ਹੈ ਤੇ ਲੱਤਾ ਮਾਰਦਾ ਹੈ ਮਹਾਰਾਜ ਇਹਦੀ ਗੱਲ ਨਾ ਸੁਣਿਓ ਜੋ ਤੁਹਾਨੂੰ ਚੰਗਾ ਲੱਗਦਾ ਸਾਡੀ ਗੁਰੂ ਅਗੇ ਅਰਦਾਸ ਦਾ ਮਤਲਬ ਪਤਾ ਕੀ ਹੈ ਸਿੱਖ ਦੀ ਅਰਦਾਸ ਦਾ ਇਹ ਕਦਾਚਿਤ ਮਤਲਬ ਨਹੀਂ ਕਿ ਮੈਂ ਗੁਰੂ ਨੂੰ ਕਵਾਂ ਮੇਰੇ ਆਖੇ ਲੱਗ ਮੇਰੀ ਅਰਦਾਸ ਦਾ ਮਤਲਬ ਹੈ ਦਾਤਾ ਜਿੱਦਾਂ ਤੁਹਾਡਾ ਹੁਕਮ ਹੈ ਮੇਰੀ ਇਹੋ ਜੀ ਤਿਆਰੀ ਕਰਾਜੋ ਕਿ ਮੈਂ ਤੁਹਾਡੇ ਹੁਕਮ ਅਨੁਸਾਰ ਆਪਣਾ ਜੀਵਨ ਜੀ ਸਕਾਂ ਤੁਸੀਂ ਆਸਟ੍ਰੇਲੀਆ ਰਹਿੰਦੇ ਹੋ ਕੋਈ ਬੰਦਾ ਅੱਜ ਇੱਥੇ ਆਇਆ ਹੈ ਉਹ ਕਹੇ ਜੀ ਆਸਟ੍ਰੇਲੀਆ ਦੇ ਸਾਰੇ ਕਾਨੂੰਨ ਮੇਰੇ ਮੁਤਾਬਕ ਚੱਲਣ ਐਸਾ ਹੋਏਗਾ ਤੁਸੀਂ ਉਹਨੂੰ ਕਹੋਗੇ ਕਾਕਾ ਜੀ ਇੱਥੋਂ ਦੀ ਪੀਆਰ ਲੈਣੀ ਐ ਇਸ ਦਾ ਪਾਸਪੋਰਟ ਲੈਣਾ ਤੈਨੂੰ ਐਸ ਦੇਸ਼ ਦੇ ਕਾਨੂੰਨ ਦੀ ਪਾਲਣਾ ਉੱਚੀ ਬੋਲ ਕੇ ਦੱਸਿਓ ਜੀ ਇਦਾਂ ਹੀ ਆ ਜੀ ਤੂੰ ਕਿਸੇ ਦੇਸ਼ ਚੋਂ ਆਇਆ ਹੈ ਤੂੰ ਪਾਕਿਸਤਾਨ ਚੋਂ ਆਇਆ ਹੈ ਤੂੰ ਭਾਰਤੋਂ ਆਇਆ ਹੈ ਤੂੰ ਕਿਸੇ ਤੋਂ ਵੀ ਆਇਆ ਪਰ ਤੈਨੂੰ ਐਸ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਨੀ ਪਈ ਤਾਂ ਤੂੰ ਵਧੀਆ ਸਿਟੀਜ਼ਨ ਬਣ ਸਕਦਾ ਹੈ ਜੇ ਇੱਕ ਦੇਸ਼ ਵਿੱਚ ਰਹਿਣ ਦੀ ਵਧੀਆ ਸਿਟੀਜ਼ਨ ਬਣਨ ਲਈ ਉਥੋਂ ਦੇ ਕਾਨੂੰਨ ਦੀ ਪਾਲਣਾ ਕਰਨੀ ਪੈਂਦੀ ਹੈ ਤੇ ਮਾਲਕ ਦੇ ਦਰਬਾਰ ਚ ਪ੍ਰਵਾਨ ਹੋਣ ਲਈ ਇਥੇ ਇਹ ਨਾ ਕਿ ਮੇਰੇ ਬਦਲੇ ਕਾਨੂੰਨ ਬਦਲ ਕੇ ਦਾਤਾ ਮੈਨੂੰ ਤੁਹਾਡੇ ਕਾਨੂੰਨ ਮੁਤਾਬਕ ਜੀਵਨ ਜੂਣਾ ਆਜ ਹੈ ਮੇਰਾ ਤੇ ਜੋਰ ਲੱਗਾ ਹੁੰਦਾ ਰੋਜ਼ ਮਹਾਰਾਜ ਮੈਨੂੰ ਧੀ ਨਾ ਦੇਈ ਮੈਨੂੰ ਪੁੱਤ ਦੇ ਦੀ ਪੁੱਤ ਮਿਠੜੇ ਮਿਵੇ ਤੇ ਰਬ ਇਥੇ ਤੇ ਕਹਿਣਾ ਦਾ ਤਾਂ ਤੀ ਦੇ ਤਾਂ ਠੀਕ ਐ ਪੁੱਤ ਦੇਣਾ ਤਾਂ ਠੀਕ ਐ ਸਭ ਕੁਝ ਤੇਰੀ ਰਜ਼ਾ 'ਚ ਤੁਰਨਾ ਮੈਨੂੰ ਇੰਨਾ ਤਿਆਰ ਕਰਦਾ ਕਿ ਮੈਂ ਅੰਦਰੋਂ ਬਾਹਰੋਂ ਇੱਕ ਹੋ ਸਕਾਂ ਮੈਨੂੰ ਇਹਦਾ ਹਾਂਪਾ ਰੋਜ਼ ਪੜ੍ਹਦੇ ਜਪਜੀ ਸਾਹਿਬ 'ਚ ਕਿ ਜੋ ਤੁੱਦ ਭਾਵੈ ਸਾਈ ਭਲੀ ਸਾਰੇ ਬੋਲੋ ਜੋ ਤੁੱਦ ਭਾਵੈ ਸਾਈ ਭਲੀ ਜੋ ਤੁਹਾਨੂੰ ਪਉਂਦਾ ਉਹ ਕਾਰ ਮੈਨੂੰ ਵੀ ਚੰਗੀ ਲੱਗਣ ਲੱਗ ਪਈ ਕਿਤੇ ਲਿਖਿਆ ਮਾਰੇ ਨੇ ਵੀ ਤੁਹਾਡੇ ਕੰਮ ਮੈਨੂੰ ਪਸੰਦ ਲਾਉਣ ਸਿੱਖ ਦੀ ਅਰਦਾਸ ਇਹ ਹੈ ਕਿ ਨਾਨਕ ਹੁਕਮ ਨਾਲ ਚੱਲਈ ਨਾਲ ਖਸਮ ਚੱਲੇ ਇੱਥੇ ਅਰਦਾਸ ਹੈ ਤੇ ਅਰਦਾਸ ਦਾ ਮਤਲਬ ਹੈ ਮੇਰੀ ਤਿਆਰੀ ਹੋ ਸਕੇ ਤੋਂ ਹਜ਼ੂਰ ਸਮਝਾਉਂਦੇ ਨੇ ਇੱਥੇ ਮਨ ਬਾੰਸ਼ਿਤ ਫਲ ਮਿਲੇ ਅਚਿੰਤਾ ਪੂਰਨ ਹੋਏ ਕੰਮ ਇਹੀਂ ਸੁਖ ਇਹੀਂ ਦਾ ਮਤਲਬ ਵਰਤਮਾਨ ਹੁਣ ਇੱਥੇ ਇਹੀਂ ਸੁਖ ਸਾਰੇ ਬੋਲੋ ਇਹੀਂ ਸੁਖ ਅੱਗੇ ਬੋਲੋ ਆਗੇ ਮੋਖੇ ਉਜਲ ਅੱਛਾ ਆਗੇ ਮੋਖ ਉਜਲ ਦਾ ਕੀ ਅਰਥ ਹੈ ਅੱਗੇ ਮਰਨ ਤੋਂ ਬਾਅਦ ਇਹ ਸ਼ਬਦ ਪਤਾ ਕਦੋਂ ਬੋਲਦੇ ਆਪਾਂ ਜਦੋਂ ਆਪਾਂ ਆਪਣੀ ਧੀ ਨੂੰ ਕਹਿੰਦੇ ਧੀਏ ਰੋਟੀ ਬਣਾਉਣੀ ਕੱਪੜੇ ਪ੍ਰੈਸ ਕਰਨੇ ਘਰ ਚ ਕੰਮ ਕਰਨੇ ਸਿੱਖ ਲੈ ਅੱਗੇ ਤੇਰੇ ਉੱਚੀ ਬੋਲੋ ਅੱਗੇ ਤੇਰੇ ਉਹ ਅੱਗੇ ਦਾ ਮਤਲਬ ਅਗਲੇ ਜਨਮ ਚ ਹੈ ਉੱਚੀ ਬੋਲਿਓ ਜੀ ਉਹਦਾ ਕੀ ਮੀਨਿੰਗ ਹੈ ਬੋਲੋ ਭੈਣੋ ਕਿ ਸਹੁਰੇ ਘਰ ਤੇਰੇ ਕੰਮ ਆਊ ਬੱਚਾ ਆਪਣੇ ਬੱਚਾ ਇਹਨੂੰ ਪਿਓ ਕੀ ਆਂਦਾ ਕਾਕਾ ਪੜ ਲਾ ਦੋ ਅੱਖਰ ਸਿੱਖ ਲਾ ਟੀਚਰ ਆਪਣੇ ਸਟੂਡੈਂਟ ਨੂੰ ਕੀ ਕਹਿੰਦਾ ਕਾਕਾ ਪੜ ਲਾ ਅੱਗੇ ਤੇਰੇ ਤੇ ਅੱਗੇ ਦਾ ਮਤਲਬ ਕੀ ਹੈ ਬਲਾ ਅਗਲਾ ਜਨਮ ਉਹ ਬੋਲੋ ਗੁਰੂ ਕੇ ਪਿਆਰੇ ਹੋ ਪਾਉ ਆਉਣ ਵਾਲਾ ਸਮਾਂ ਤੇ ਜਦੋਂ ਪਾਠ ਕਰਦੇ ਆ ਨਾ ਫਤਾਂ ਕਹਿੰਦੇ ਕਰ ਲਾ ਪਾਠ ਅੱਗੇ ਤੇਰੇ ਕੰਮ ਆਊਗਾ ਜਮਾਨੇ ਇੱਥੇ ਗਾਜ ਰਸਾ ਪਾਇਆ ਪਿਆ ਇੱਥੋਂ ਛੱਡਣਾ ਮੈਂ ਅੱਗੇ ਦਾ ਅਰਥ ਹੈ ਆਉਣ ਵਾਲਾ ਕੱਲ ਆਉਣ ਵਾਲਾ ਪਲ ਆੜਾ ਵਰਤਮਾਨ ਹੈ ਆ ਹੁਣ 1:00 ਵਜ ਕੇ 5 ਮਿੰਟ ਹੋਏ ਨੇ ਹੁਣ ਤੇ ਆਉਣ ਵਾਲੇ ਜਿਹੜੇ 5 ਮਿੰਟ ਬਾਅਦ ਚੌਣੇ ਨੇ ਆਗਾ ਮੁਖ ਉਜਲ ਮੇਰਾ ਆਉਣ ਵਾਲਾ ਸਮਾਂ ਉਜਲਾ ਹੋਏਗਾ ਜੇ ਮੈਂ ਆਪਣਾ ਅੱਜ ਸਵਾਰਿਆ ਹੋਏਗਾ ਇੱਥੇ ਤੇ ਗਲ ਵਿੱਚ ਰਸੇ ਪਾਏ ਨੇ ਵਿਕਾਰਾਂ ਨੇ ਤੇ ਮੈਨੂੰ ਚਿੰਤਾ ਅਗਲੇ ਦੀ ਐ ਕਿ ਅੱਗਾ ਸਵਾਰਨਾ ਪਹਿਲਾਂ ਇੱਥੇ ਸਵਾਰਲਾ ਆਪਣਾ ਆਉਣ ਵਾਲਾ ਸਮਾਂ ਅੱਗੇ ਆਪਣੇ ਆਪ ਹੀ ਸਵਰ ਜਾਣਾ ਹੈ ਚਲੋ ਅੱਗੇ ਸਮਾਂ ਹੈਗਾ 5-6 ਦਿਨ ਆਪਾਂ ਇਹਨਾਂ ਵਿਸ਼ਿਆਂ ਤੇ ਵਿਚਾਰ ਕਰਾਂਗੇ ਸਾਰੀ ਜ਼ਿੰਦਗੀ ਬੰਦਾ ਪਸ਼ੂਆਂ ਦੀ ਜੂਨ ਭੋਗਦਾ ਹੈ ਤੇ ਮਗਰੋਂ ਅਰਦਾਸ ਕੀਤੀ ਜਾਂਦੀ ਮਹਾਰਾਜ ਨੂੰ ਟੇਡੀਆਂ ਮੇਡੀਆਂ ਵਿੰਗੀਆਂ ਤੜੰਗੀਆਂ ਜੂਨਾਂ ਤੋਂ ਬਚਾਓ ਤੇ ਜੇ ਮਹਾਰਾਜਾ ਕਿਉਂ ਬੋਲ ਕੇ ਕਹਿਣ ਵੀ ਛੱਡੀ ਕਿਹੜੀ ਇਹਨੇ ਲਾਲਚ ਇਹਦੇ ਚ ਸੀ ਚਸਕੇ ਇਹਨੂੰ ਮਾਰ ਗਿਆ ਬੋਲੋ ਜੀ ਹੁਣ ਚਸਕੇ ਇਹਨੂੰ ਮਾਰ ਗਿਆ ਲਾਲਚ ਇਹਦੇ ਵਿੱਚ ਸੀ ਬੁਰੀਆਂ ਆਤਾਂ ਇਹਦੇ ਵਿੱਚ ਸੀ ਇਹ ਤਾਂ ਜਿਉਂਦੇ ਜੀ ਗੁਰੂ ਅੱਗੇ ਕਹਣਾ ਦਾਤਾ ਜੀ ਮੇਰਾ ਜੰਮਣ ਮਰਨਾ ਕੱਟ ਦਿਓ ਮੇਰਾ ਆਵਾ ਗੁਣ ਮੁਕਾ ਦਿਓ ਇਹਾਂ ਸੁਖ ਹੁਣ ਇਹ ਹਾਸੋਕ ਅੱਗੇ ਪੜੋ ਆ ਗਏ ਮੋਖ ਉਜਲ ਧੀ ਨਹੀਂ ਆਂਦੀ ਮਾਂ ਨਹੀਂ ਆਂਦੀ ਧੀਏ ਇੱਥੇ ਜੇ ਕੁਝ ਪੱਲੇ ਗੋਣ ਹੋਏਗਾ ਨਾ ਅੱਗੇ ਤੇਰਾ ਮੋਖ ਉਜਲਾ ਉਹ ਚਾਰ ਪਰੋਣੇ ਹੋ ਜਾਣਗੇ ਨਾ ਤੈਨੂੰ ਟੈਨਸ਼ਨ ਨਹੀਂ ਹੋਣੀ ਮਿੰਟਾ ਜੀ ਖਾਣਾ ਬਣਾ ਕੇ ਤੂੰ ਰੱਖ ਦੇਗੀ ਹੁਣ ਕਈ ਧੀਆ ਪਿੱਛੋਂ ਟ੍ਰੇਨਿੰਗ ਲੈ ਕੇ ਆਈਆਂ ਹੁੰਦੀਆਂ ਚਾਰ ਗੈਸਟ ਆ ਜਾਣ ਤੇ ਉਹ ਇਦਾਂ ਤੁਰੀਆਂ ਤੁਰੀਆਂ ਜਾਂਦੀਆਂ ਚਾਹ ਪਾਣੀ ਬਣਾ ਕੇ ਪਰੋਸ ਦਿੰਦੀਆਂ ਨੇ ਤੇ ਕਈਆਂ ਭੈਣਾਂ ਨੂੰ ਦੋ ਜੇ ਮਹਿਮਾਨ ਆ ਜਾਣ ਤੇ ਸੁਖ ਨਾ ਫਿਰ ਉਹ ਅਗਲੀ ਕਹਾਣੀ ਤੁਸੀਂ ਪੂਰੀ ਕਰਦੇ ਹੋ ਵੀ ਔਖਾਂ ਹਾਂਗਾ ਸਮਸਿਆ ਖੜੀ ਹੋ ਜਾਂਦੀ ਕਈਆਂ ਕਰਾਂ ਲੜਾਈ ਪੈ ਜਾਂਦੀ ਤੇਰਾ ਤੇ ਰੋਜ਼ ਦਾ ਹੀ ਕੰਮ ਹੈ ਤੂੰ ਇਹ ਬਹੁਤ ਵੱਡੀ ਗੱਲ ਹੈ ਜਿਵੇਂ ਅਸੀਂ ਧੀਆ ਪੁੱਤਾਂ ਨੂੰ ਵੈਸੇ ਵਿਦੇਸ਼ਾਂ ਨੇ ਇੱਕ ਚੀਜ਼ ਤੇ ਸਿਖਾਤੀ ਹੈ ਇਹ ਤੇ ਹਰ ਬੰਦੇ ਨੂੰ ਆਪਣਾ ਕੰਮ ਆਪ ਕਰਨਾ ਬੋਲੋ ਜੀ ਜੇ ਪਾਣੀ ਪੀਂਦਾ ਬੰਦਾ ਆਪੇ ਚੋਕੇ ਤੇ ਉਸ ਸ਼ਿੰਗ ਤੇ ਲੈ ਜਾਂਦਾ ਆਪੇ ਹੈਲਪ ਕਰਦਾ ਕਰਨੀ ਚਾਹੀਦੀ ਹੈ ਅਜੇ ਆਪਾਂ ਜਿੱਥੋਂ ਆਏ ਆ ਉੱਥੇ ਮਾਹੌਲ ਇਦਾਂ ਦਾ ਨਹੀਂ ਆ ਉੱਥੇ ਦੇ ਬੰਦਾ ਭਾਵੇਂ ਆ ਕਾਲੀਆਂ ਦੀ ਕਾਂਗਰਸ ਦੀ ਬੀਜੇਪੀ ਵਾਲਿਆਂ ਦੀ ਝਾੜੂ ਵਾਲਿਆਂ ਦੀ ਰੈਲੀ ਚ ਆਵੇ ਨਾ ਮੈਂ ਤਾਂ ਚਾਰੇ ਨਾਂ ਲੈ ਤੇ ਵੀ ਜੇ ਦਾ ਛੜ ਦਿੱਤਾ ਤੁਸੀਂ ਕਹਣਾ ਸ਼ਾਇਦ ਉਹਨਾਂ ਦਾ ਬੰਦਾ ਹੋਣਾ ਹੈ ਉਹਨਾਂ ਦੀ ਰੈਲੀ ਚ ਬੰਦਾ ਆਵੇ ਨਾ ਤੇ ਸ਼ਾਮਾਂ ਨੂੰ ਕਹਿੰਗਾ ਲਿਆਓ ਕਿੜੋ ਪਾਣੀ ਲਿਆਓ ਵੀ 10 ਜਿੰਨਾਂ ਕੋ ਸਵੇਰ ਦਾ ਕਿ ਉਹਨਾਂ ਪਾਣੀ ਨਹੀਂ ਪਿਆਇਆ ਬੰਦਾ ਬਾਹਰੋਂ ਘੁੰਮਦਾ ਵੀ ਆਉਂਦਾ ਤੇ ਪਾਣੀ ਦੂਜੇ ਕੋ ਮੰਗਦਾ ਹੈ ਇੱਥੇ ਇੱਕ ਚੀਜ਼ ਤੇ ਸਮਝ ਆ ਜਾਂਦੀ ਹੈ ਕਿ ਬੰਦਾ ਪਾਣੀ ਆਪੇ ਫੜ ਕੇ ਪੀ ਲੈਂਦਾ ਆਪੇ ਜਲ ਸਕਦਾ ਹੈ ਆਪੇ ਪਾਣੀ ਪੀਂਦਾ ਆਪੇ ਜਿੱਦਨ ਇਨਸਾਨ ਨੂੰ ਆਪਣੇ ਕੰਮ ਖੁਦ ਆਪ ਕਰਨੇ ਆ ਗਏ ਨਾ ਅਸੀਂ ਆਪਣੀ ਜ਼ਿੰਦਗੀ ਚ ਬਹੁਤ ਕੁਝ ਸਿੱਖ ਪਾਵਾਂਗੇ ਅੱਗੇ ਤੁਰਾਂਗੇ ਜ਼ਿੰਦਗੀ ਵਧੀਆ ਬਣੇਗੀ ਜਦੋਂ ਜ਼ਿੰਦਗੀ ਚ ਮੁਸ਼ਕਲ ਆਉਂਦੀ ਹੈ ਨਾ ਕੋਈ ਸਾਸਨ ਦੀ ਧਿਆਨ ਨਾ ਸੁਣਿਓ ਉਸ ਮੁਸ਼ਕਲ ਨੂੰ ਵੇਖ ਕੇ ਘਬਰਾਉਣਾ ਨਹੀਂ ਉਹ ਮੁਸ਼ਕਲ ਸਾਨੂੰ ਅੰਦਰ ਉਹ ਤਕੜਾ ਕਰਦੀ ਹੈ ਉਹ ਅਲਰਟ ਕਰਦੀ ਹੈ ਤਕੜਾ ਹੋ ਜਾ ਤੇ ਮੁਸ਼ਕਲ ਨੂੰ ਦੱਸਣਾ ਵਾ ਕਿ ਤੂੰ ਮੇਰੇ ਸਾਹਮਣੇ ਛੋਟਿਆ ਮੈਂ ਤੇਰੇ ਤੋਂ ਵੱਡਾ ਆ ਕੀ ਗੁਰੂ ਸਾਹਿਬ ਤੋਂ ਵੱਧ ਵੀ ਸਾਡੀ ਜ਼ਿੰਦਗੀ 'ਚ ਮੁਸ਼ਕਿਲਾਂ ਆਈਆਂ ਹੋਣਗੀਆਂ ਕਿਸੇ ਘਰ 'ਚ ਇੱਕ ਜੀ ਚਲਾ ਜਾਏ ਨਾ ਇੱਕ ਸਾਲ 'ਚ ਇੱਕ ਜੀ ਤੇ ਪਰਿਵਾਰ ਕਹਿੰਦਾ ਹੁਣ ਨਹੀਂ ਗੁਰਦੁਆਰੇ ਜਾਣ ਨੂੰ ਜੀ ਕਰਦਾ ਸੱਤ ਪੋਤੇ ਲੈ ਕੇ 13 ਪੋਤੇ ਤੱਕ ਪੰਜ ਜੀ ਘਰ 'ਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਭ ਜਾਦੇ ਤੇ ਮਾਤਾ ਗੁਜਰ ਕੌਰ ਜੀ ਸ਼ਾਦ ਦਾ ਜਾਂਪ ਵੀ ਜਾਣ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਵੀ ਚੜ੍ਹਦੀ ਕਲਾ 'ਚ ਹੋਣ ਤੁਹਾਨੂੰ ਦੁਨੀਆਂ ਦੇ ਇਤਿਹਾਸ ਵਿੱਚ ਏਦਾਂ ਦਾ ਕਿਤੇ ਵੀ ਚੜ੍ਹਦੀ ਕਲਾ ਦੀ ਐਗਜ਼ੈਂਪਲ ਨਹੀਂ ਮਿਲੇਗੀ ਅਜ ਉਹਨਾਂ ਦਾ ਸਿੱਖ ਹੋ ਕੇ ਮਾਰੀ ਮਾਰੀ ਗੱਲ ਤੇ ਡੋਲ ਜਾਏਗਾ ਸਾਡੇ ਘਰੋਂ ਤੇ ਬਿਬਤਾ ਹੀ ਨਹੀਂ ਜਾਂਦੀ ਐਂ ਤੇ ਮਾਰੀ ਗਏ ਬਾ ਸਾਡੇ ਤੇ ਪੱਲੇ ਕੱਖ ਨਹੀਂ ਰਿਹਾ ਐਡਾ ਮਹਾਨ ਸਾਡੇ ਕੋਲ ਵਿਸਾ ਹੋਵੇ ਐਡੀ ਮਹਾਨ ਸਾਡੇ ਕੋਲ ਹਿਸ਼ਤੀ ਹੋਵੇ ਅਸੀਂ ਫਿਰ ਵੀ ਡੋਲ ਗਏ ਇਂਹਾਂ ਸੁਖ ਆਗੈ ਮੁਖ ਉਝਲ ਮਿਟ ਗਏ ਆਉਣ ਜਾਣੇ ਮੇਰੇ ਮਨ ਦੇ ਹੁਣ ਆਉਣੇ ਜਾਣੇ ਮੁਟ ਗਏ ਇਹ ਕਿਨੇ ਮੁਕਾਏ ਮੇਰੇ ਗੁਰੂ ਨੇ ਨਿਰਭਉ ਭੈ ਹੁਣ ਨਿਰਭਉ ਹੋ ਗਏ ਡਰ ਤੋਂ ਰਹਿਤ ਹੋਗੇ ਜਦੋਂ ਪੁੱਠਾ ਕੰਮ ਕੀਤਾ ਇਹਦੇ ਡਰ ਕਾਦਾ ਡਰਦਾ ਕੌਣ ਹੈ ਸਾਸ ਸਿੰਘ ਜੀ ਜਿਹੜਾ ਬੰਦਾ ਗਲਤ ਹੁੰਦਾ ਸੋ ਡਰੈ ਜੇ ਪਾਪ ਕਮਾਉਂਦਾ ਨਿਰਭਉ ਭੈ ਹਿਰਦੇ ਨਾਮ ਵਸਿਆ ਹਿਰਦੇ ਚ ਸੱਚ ਵਸ ਗਿਆ ਨਾਮ ਵਸ ਗਿਆ ਸਿੱਖਿਆ ਵਸ ਗਈ ਤੇ ਨਿਰਭਉ ਹੋ ਗਿਆ ਆਪੁਨੇ ਸਤਗੁਰ ਕੈ ਮਨ ਭਾਣੇ ਹੁਣ ਆਪਣੇ ਸਤਗੁਰ ਦੇ ਮਨ ਨੂੰ ਚੰਗੇ ਲੱਗਣ ਲੱਗ ਪਏ ਤੇ ਅਖੀਰਲੀ ਤੱਕ ਧਿਆਨ ਨਾ ਸੁਣਿਓ ਉਠਤ ਸਾਰੇ ਬੋਲੋ ਉਠਤ ਬੈਠਤ ਹਰ ਗੁਣ ਗਾਵੇ ਉੜਦਿਆਂ ਬੈੰਦਿਆਂ ਹਰੀ ਦੇ ਗੁਣ ਗਾ ਕੇ ਦੁਖ ਦਰਦ ਭ੍ਰਮ ਭਾਗਾ ਉਹਦਾ ਦੁਖ ਉਹਦੇ ਦਰਦ ਉਹਦੇ ਭ੍ਰਮ ਸਭ ਦੂਰ ਹੋ ਗਏ ਕਹੋ ਨਾਨਕ ਤਾਂ ਕੇ ਪੂਰ ਕਰਮਾਂ ਸਾਰੇ ਬੋਲੋ ਕਹੋ ਨਾਨਕ ਤਾਂ ਕੇ ਜਾਂ ਕਾ ਗੁਰ ਚਰਨੀ ਜਿਹਦਾ ਗੁਰੂ ਦੇ ਚਰਨਾਂ ਨਾਲ ਮਨ ਲੱਗ ਗਿਆ ਉਹਦੇ ਦੁੱਖ ਦਰਦ ਭਟਕਣਾ ਸਭ ਕੁਝ ਖਤਮ ਹੋ ਗਿਆ ਇਹ ਹੈ ਪੂਰੇ ਗੁਰੂ ਦੀ ਵਡਿਆਈ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿ ਨਾ ਜਾਈ ਆਓ ਐਸੇ ਮਹਾਨ ਸਤਿਗੁਰ ਤੋਂ ਕੁਰਬਾਨ ਜਾਈਏ ਜਿਨੇ ਸਾਨੂੰ ਜ਼ਿੰਦਗੀ ਜੂਣ ਦਾ ਤਰੀਕਾ ਬਖਸ਼ਿਸ਼ ਕੀਤਾ ਗੁਰ ਪੂਰਾ ਜਿਨ ਸਿਮਰਿਆ ਸਹੀ ਭਏ ਨਿਹਾਲ ਨਾਨਕ ਨਾਮ ਅਰਾਧਣਾ ਕਾਰਜ ਆਵੇ ਸਾਰੇ ਫੜੋ ਗੋਰਪੁਰਾਜਨ ਸੇ ਮਰਿਆ ਗੋਰਪੁਰਾਜਨ ਸੇ ਮਰਿਆ ਵਾ ਵਾ ਸਈ ਪੈ ਨਹਾਲੋ ਸਈ ਪੈ ਨਹਾਲੋ ਨਾਨਕ ਨਾਮ ਆਰਾਧਣਾ ਨਾਨਕ ਨਾਮ ਆਰਾਧਣਾ ਵਾ ਵਾ ਕਾਰਜ ਆਵੇ ਰਾਸ ਕਾਰਜ ਆਵੇ ਰਾਸ ਵਾ ਵਾ ਗੁਰਪੁਰ ਮੇਰੀ ਰਾਖ ਲਈ ਗੁਰਪੁਰ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ जन्म जन्म की मैल गई जन्म जनम की मैल गई पूरे गुर की देख वड़ाई पूरे गुर की देख वडाई ਤਾ ਕੀ ਕੀਮਤ ਕਹਿਣਾ ਨਾ ਜਾਈ ਤਾ ਕੀ ਕੀਮਤ ਕਹਿਣਾ ਨਾ ਜਾਈ ਮਾਹੀ ਕੀਮਤ ਕਹਿਣਾ ਨਾ ਜਾਈ ਮਾਹੀ ਕੀਮਤ ਕਹਿਣਾ ਨਾ ਜਾਈ ਕੋਟਾਨ ਕੋਡ ਸ਼ੁਕਰਾਨਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਸਦਕਾ ਆਪਾਂ ਸਤਗੁਰ ਦੀ ਗੋਦ ਵਿੱਚ ਜੁੜ ਕੇ ਬੈਠੇ ਆ ਸਾਧ ਸੰਗਤ ਜੀ ਆਪ ਸਮੂਹ ਸੰਗਤ ਦਾ ਜਿਨ੍ਹਾਂ ਲੰਗਰ ਬਣਾਏ ਨੇ ਲੰਗਰ ਵਰਤਾਏ ਨੇ ਸਮੂਹ ਸੇਵਾਦਾਰਾਂ ਦਾ ਸਮੂਹ ਸਟਾਫ ਦਾ ਇਥੋਂ ਦੀ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਸਤਿਕਾਰਯੋਗ ਇਥੋਂ ਦੇ ਹੈੱਡ ਗ੍ਰੰਥੀ ਸਹਿਬਾਨ ਪਾਈ ਹਰਜੀਤ ਸਿੰਘ ਜੀ ਰਾਗੀ ਜਥੇ ਜਿਨ੍ਹਾਂ ਵੀ ਤੁਸੀਂ ਦੂਰਾਂ ਨੇੜਿਆਂ ਤੋਂ ਚੱਲ ਕੇ ਆਏ ਹੋ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਤੁਸੀਂ ਜਿਵੇਂ ਆਪਣੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਗੁਰੂ ਦੀ ਗੋਦ ਵਿੱਚ ਜੁੜ ਕੇ ਪਹੁੰਚੇ ਹੋ ਮਾਲਕ ਕਿਰਪਾ ਕਰੇ ਸਾਡੇ ਕਰਮ ਵਿੱਚ ਗੁਰੂ ਦੀ ਮੱਤ ਆਵੇ ਅਸੀਂ ਮਨਮਤ ਨੂੰ ਹੁੰਜ ਕੇ ਆਪਣੇ ਘਰਾਂ ਵਿੱਚੋਂ ਬਾਹਰ ਕਰੀਏ ਸੋਹਣਾ ਜੀਵਨ ਗੁਰੂ ਦੀ ਸਿੱਖਿਆ ਮੁਤਾਬਕ ਜੀਵੇ ਜਿੱਥੇ ਅਸੀਂ ਦੁਨੀਆਵੀ ਕੰਮ ਕਾਰ ਕਰਨੇ ਨੇ ਉਥੇ ਥੋੜਾ ਜਿਹਾ ਸਮਾਂ ਸਤਗੁਰ ਦੀ ਬਾਣੀ ਪੜਨ ਤੇ ਵਿਚਾਰਨ ਵਿੱਚ ਵੀ ਲਾਈਏ ਸੰਗਤ ਕਰੀਏ ਚੰਗੀ ਤਾਂ ਕਿ ਸਾਡੇ ਮਨ ਦੇ ਵਿਚਾਰ ਨੇਕ ਸ਼ੁਭ ਬਣਨ ਸਾਰਿਆਂ ਦਾ ਧੰਨਵਾਦ ਇਸੇ ਤਰ੍ਹਾਂ ਲਗਾਤਾਰ ਅਗਲੇ ਐਤਵਾਰ ਤੱਕ ਦੀਵਾਨ ਸਜਣੇ ਨੇ ਸ਼ਾਮ ਦੇ ਐਤਵਾਰ ਦਿਨ ਦਾ ਦੀਵਾਨ ਹੋਇਆ ਕਰਨਾ ਹੈ ਇਹਨਾਂ دیਵਾਨਾ ਵਿੱਚ ਕਿਸੇ ਦੇ ਮਨ ਵਿੱਚ ਕੋਈ ਬਾਣੀ ਦੀ ਤੁਕ ਪ੍ਰਤੀ ਕਈ ਵਾਰ ਵਿਚਾਰ ਕਰਦੇ ਆ ਕੋਈ ਸਵਾਲ ਪੈਦਾ ਹੋਵੇ ਤੇ ਮੈਨੂੰ ਬੜੀ ਖੁਸ਼ੀ ਹੋਏਗੀ دیਵਾਨ ਦੀ ਸਮਾਪਤੀ ਤੋਂ ਬਾਅਦ ਤੁਸੀਂ ਮਿਲ ਕੇ ਬੈਠ ਕੇ ਵਿਚਾਰ ਕਰ ਸਕਦੇ ਹੋ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਸਰੋਤਾ ਬਾਣੀ ਦੀ ਵਿਚਾਰ ਕਰਦਾ ਹੈ ਕੋਈ ਸਿੱਖਣ ਦੀ ਭਾਵਨਾ ਦੇ ਨਾਲ ਤੇ ਮਾਨੂੰ ਚੰਗਾ ਲੱਗਦਾ ਹੈ ਆਓ ਗੁਰੂ ਬਖਸ਼ਿਸ਼ ਕਰੇ ਸਾਰਿਆਂ ਦਾ ਧੰਨਵਾਦ ਭੁੱਲਾਂ ਮੇਰੀਆਂ ਨੇ ਜੋ ਕੋ ਬਚਨ ਕਰਦੇ ਆ ਅੱਗਾ ਪਿਛਾ ਸ਼ਬਦ ਹੋ ਗਿਆ ਹੋਵੇ ਜੋ ਕੋ ਵਿਚਾਰ ਚੰਗੇ ਲੱਗੇ ਮੇਰੇ ਨਹੀਂ ਉਹ ਸਤਗੁਰ ਦੇ ਜਾਣ ਕੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਿਓ ਆਓ ਖੰਡੇ ਬਾਟੇ ਦੀ ਪੌ ਲੈ ਕੇ ਗੁਰੂ ਦੇ ਪੁੱਤਰ ਧੀਆਂ ਬਣ ਕੇ ਆਪਣਾ ਜੀਵਨ ਜੀਉਣ ਦਾ ਯਤਨ ਕਰਿਏ ਬੁਲੰਦ ਆਵਾਜ਼ ਵਿੱਚ ਫਤਿ ਬਲਾਓ ਤੇ ਗੱਜ ਕੇ ਆਖੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI MAHLA TEEJA ANAND ਇਕ ਓਅੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਏ ਸਤਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਉਪਰਿਆ ਸ਼ਬਦ ਗਾਵਣ ਆਈਆਂ ਕਹਿ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਸਬਨਾ ਗੱਲਾਂ ਸਮਰਤ ਸੁਆਮੀ ਸੋ ਕਿਉ ਮਨ ਵਿਸਾਰੇ ਸਾਚੇ ਸਾਹਿਬਾ ਕਿਆ ਨਹੀ ਘਰ ਤੇ ਰਹਿ ਸਦਾ ਸਿਵਤ ਸਲਾਹਾ ਤੇਰੀ ਨਾ ਮਾਨਵਸਾਵੇ ਕਹਿ ਨਾਨਕ ਸਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾ ਮੇਰਾ ਆਧਾਰ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਐਛਾ ਸਾਹਿਬ ਪੁਜਾਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾ ਮੇਰਾ ਆਧਾਰੋ ਵਾਜੇ ਪੰਚ ਪੰਚ ਦੂਤ ਦਵਸ ਕੀਤੇ ਕਾਲ ਕੰਠਕ ਮਾਰਿਆ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜ ਅਨੰਦ ਸੁਣੋ ਵਡ ਭਾਗਿਓ ਪਰ ਬ੍ਰਹਮ ਪ੍ਰਭ ਪਾਇਆ ਦੁਖ ਰੋਗ ਸੰਤਾਪ ਉਤਰੇ ਸੰਤ ਸਾਜਨ ਪੈ ਸਰਾਸੇ ਪੂਰੇ ਗੁਰ ਤੇ ਜਹਾਣੀ ਸੁਣਤੇ ਪੁਨੀਤ ਸਤਗੁਰ ਰਹਾ ਭਰ ਬਿਨਵੰਤ ਨਾਨਕ ਗੁਰ ਚਰਨਾ ਲਾਗੇ ਸੁਣਤੇ ਪੁਨੀਤ ਕਹਤੇ ਪਵਿਤ ਬੇਨਵੰਤ ਨਾਨਕ ਗੁਰ ਚਰਨਾਂ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾ ਕਰੋ ਤੁਮ ਮਾ ਅਜਿਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਏ ਨਾ ਜਾਣ ਤੁਮਰਾ ਅੰਤ ਊਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰੇ ਤੁਮ ਤੇ ਹੋਏ ਸੋ ਆਗੇ ਆਕਾਰੀ ਤੁਮਰੀ ਗਤ ਮਿਤ ਨਾਨਕ ਦਾਸ ਸਦਾ ਕੁਰਬਾਨੀ ਬੋਲਣਾ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾਰ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ RAM DAS ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਗੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਾਵੈ ਧਾਏ ਸਭ ਸਾਈ ਹੋਏ ਸਹਾਈ ਦਸਮ ਪਤਸ਼ਾਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਬ ਪਿਆਰਿਆਂ ਚੌਹਾ ਸਾਹਿਬ ਜਾਦਿਆਂ ਚਾਲੀਆਂ ਮੁਗਤਿਆਂ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆੜਿਆਂ ਨਾਲ ਚਰਾਇਆ ਗਿਆ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਨਾਲ ਨਿਭਾਈ ਤੇਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤ ਆਵੇ ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰੱਛਿਆ ਰਿਆ ਤੇ ਦੇਖ ਤੇ ਫਤਿਹ ਵਿਰਧ ਕੀ ਪਾਇ ਜਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦਾਨ ਭਰੋਸਾ ਦਾਨ ਦਾਨਾ ਸਰਦਾਨ ਆਮਦਾਨ ਸ੍ਰੀ ਅਮਰਤ ਸਰ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਮੰਗੇ ਜੁਗੋ ਜੁਗ ਅਟਲ ਧਰਮ ਕਾ ਜਾਕਾਰ ਬੋਲੋ ਜੀ ਵਾਹਿਗੁਰੂ ਸਿਖਾ ਦਾ ਮਾਨ ਨੀਵਾ ਮਤੁ ਚੀ ਮਤ ਪਤ ਦਾ ਰਖਾਪ ਵਾਹਿਗੁਰੂ ਹੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀੋ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦਵਾਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਜੀ ਆਪ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਦਾ ਸਦਕਾ ਅੱਜ ਸਮੂਹ ਸੰਗਤਾਂ ਵੱਲੋਂ 8ਵੇਂ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਆਗਮਨ ਪੁਰਬ ਮਨਾਉਂਦਿਆਂ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸੱਜੇ ਦੀਵਾਨਾਂ ਅੰਦਰ ਸੋਖਮਣੀ ਸਾਹਿਬ ਜੀ ਦੇ ਪਾਠ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਅਤੇ ਗੁਰਮਤ ਵਿਚਾਰਾਂ ਗੁਰ ਇਤਿਹਾਸਕ ਵਿਚਾਰਾਂ ਕੀਤੀਆਂ ਗਈਆਂ ਸਤਿਗੁਰ ਜੀ ਦੀਵਾਨਾ ਵਿੱਚ ਗੁਰਬਾਣੀ ਦੇ ਪਾਠ ਕਰਦੇ ਆਂ ਹਰ ਜਸ ਕਰਦੇ ਆਂ ਵਿਚਾਰਾਂ ਕਰਦੇ ਆਂ ਹੋਈਆਂ ਭੁੱਲਾਂ ਦੀ क्षमा ਬਖਸ਼ਣੀ ਅੱਗੇ ਤੋਂ ਸ਼ੁੱਧ ਬਾਣੀ ਪਾੜਨ ਕੀਰਤਨ ਕਰਨ ਵਿਚਾਰਾਂ ਕਰਨ ਦੀ ਸਮਰੱਥਾ ਬਲ ਬੁੱਧੀ ਬਖਸ਼ਿਸ਼ ਕਰਨ